ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਚੱਜ ਦਾ ਵਿਚਾਰ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹੋ ਗਏ ਹਾਂ। ਮੈਂ ਹਰਮਨ ਥਿੰਦ ਤੇ ਮੇਰੇ ਨਾਲ ਅਖਬਾਰ ਦੇ ਵਿੱਚ ਰੁੱਝੇ ਹੋਏ ਸਵਰਨ ਸਿੰਘ ਟਾਣਾ ਹਾਜ਼ਰ ਨੇ। ਤੇ ਸਾਹਿਬ ਜੀ, ਆਪਾਂ ਪ੍ਰੋਗਰਾਮ 'ਚ ਆ ਗਏ ਹਾਂ ਤਾਂ ਅਖਬਾਰ ਕਿਹੜੀ ਗੱਲੋਂ ਹੱਥ 'ਚ ਫੜੀ ਹੋਈ ਹੈ? ਅਖਬਾਰ ਪੜ੍ਹਨ ਦੀ ਆਦਤ ਹਰ ਮਨੁੱਖ ਨੂੰ ਪਾਉਣੀ ਚਾਹੀਦੀ ਹੈ, ਪਾਉਣੀ ਚਾਹੀਦੀ ਹੈ। ਤੁਹਾਡੀ ਵੀ ਪ੍ਰੋਗਰਾਮ 'ਚ ਪੜ੍ਹੀ ਨੂੰ ਹੀ ਆਦਤ ਹੋਣੀ ਚਾਹੀਦੀ ਹੈ, ਹੋਣੀ ਚਾਹੀਦੀ ਹੈ। ਇਹ ਕੋਈ ਗੈਰ ਕਾਨੂੰਨੀ ਚੀਜ਼ ਥੋੜੀ ਮੇਰੇ ਹੱਥ ਦੇ ਵਿੱਚ, ਬਿਲਕੁਲ ਨਹੀਂ ਹੈ। ਇਹ ਅਖਬਾਰ ਆ, ਜੇਕਰ ਅਖਬਾਰ ਪੜ੍ਹੋਗੇ ਤਾਂ ਤੁਹਾਡਾ ਚੇਤਾ ਦਰੁਸਤ ਰਹੂਗਾ, ਜੇ ਅਖਬਾਰ ਪੜ੍ਹੋਗੇ ਤਾਂ ਤੁਸੀਂ ਦੇਸ਼ ਦੁਨੀਆਂ ਦੇ ਬਾਬਤ ਗਿਆਨ ਹਾਸਲ ਕਰੋਗੇ। ਘਰ ਬੈਠਿਆ ਰਜਾਈ ਦੇ ਵਿੱਚ ਬੈਠਿਆ ਨਿੱਘ ਮਾਣ ਸਕਦੇ ਹੋ, ਪਰ ਤੁਹਾਨੂੰ ਦੇਸ਼ ਦੁਨੀਆਂ ਬਾਬਤ ਕੁਝ ਨਹੀਂ ਪਤਾ ਹੋ ਸਕਦਾ। ਇਸ ਕਰਕੇ ਕਿੰਨੀਆਂ ਵੱਡੀਆਂ ਵੱਡੀਆਂ ਖਬਰਾਂ ਅੱਜ ਪਹਿਲੇ ਸਫ਼ੇ ਦੇ ਉੱਤੇ ਆ, ਤੇ ਆਪਾਂ ਪ੍ਰੋਗਰਾਮ ਰਹਿਣ ਦਿੰਦੇ ਹਾਂ, ਤੁਸੀਂ ਅਖਬਾਰ ਹੀ ਪੜ੍ਹ ਲਓ। ਇਹਦਾ ਇੱਕ ਸੰਕੇਤਕ ਤੌਰ ਦੇ ਉੱਤੇ ਪੇਸ਼ਕਾਰੀ ਹੈ ਇਹ। ਇਸ ਅਖਬਾਰ ਬਿਨਾਂ ਮਨੁੱਖ ਦੀ ਜ਼ਿੰਦਗੀ ਅਧੂਰੀ ਆ, ਜੇ ਸਮਝੀ ਜਾਵੇ ਤਾਂ। ਜੇ ਸਮਝੀ ਜਾਵੇ ਤਾਂ, ਬਿਲਕੁਲ ਸਹੀ ਗੱਲ ਆ। ਸੋ ਅਖਬਾਰਾਂ ਜਿਹੜੀਆਂ ਉਹਨਾਂ ਦੇ ਨਾਲ ਆਪਣਾ ਪਿਆਰ ਵਧਾਓ, ਆਪਣੀ ਨੇੜਤਾ ਵਧਾਓ। ਜਦੋਂ ਸਵੇਰ ਦੇ ਵੇਲੇ ਅਖਬਾਰ ਆਉਂਦੀ ਹੈ ਨਾ, ਉਹਨੂੰ ਬਸ ਭੱਜ ਕੇ ਚੁੱਕ ਲਿਆ ਕਰੋ। ਇਹ ਨਾ ਹੋਵੇ ਵੀ ਭਾਈ ਹੈ ਜਿਹੜਾ ਸੁੱਟ ਜਾਂਦਾ ਤੁਹਾਨੂੰ ਉੱਤੋਂ ਦੀ ਦਰਵਾਜ਼ੇ ਦੇ, ਤੇ ਤੁਸੀਂ ਕਹਿੰਦੇ ਵੀ ਚੱਲ ਕੋਈ ਗੱਲ ਨਹੀਂ, ਜਦੋਂ ਜੀ ਜਾ ਕੀਤਾ ਚੱਕ ਲਾਂਗੇ, ਮੇਰਾ ਤਾਂ ਵਕਤ ਨਹੀਂ ਲੱਗਿਆ, ਫਲਾਣਾ ਪੜ੍ਹਦਾ ਨਹੀਂ, ਰੋਟੀ ਵਲੇਟਣ ਦੇ ਕੰਮ ਆਊ, ਐਂ ਕਰਾਂਗੇ ਉਹ ਕਰਾਂਗੇ। ਇਹਨੂੰ ਪੜ੍ਹੋ, ਇਹਨੂੰ ਇੰਨਾ ਕੁ ਪੜ੍ਹੋ ਵੀ ਇਕੱਲੀ ਇਕੱਲੀ ਖਬਰ ਦੇ ਬਾਰੇ ਤੁਹਾਨੂੰ ਗਿਆਨ ਹੋਵੇ ਵੀ ਕਿੱਥੇ ਕੀ ਵਾਪਰ ਗਿਆ, ਕੀ ਚੰਗਾ ਹੋ ਗਿਆ, ਕੀ ਮਾੜਾ ਹੋ ਗਿਆ, ਜੋ ਹੋ ਗਿਆ ਕਾਹਤੋਂ ਹੋ ਗਿਆ, ਜਿਹੜਾ ਨਹੀਂ ਹੋ ਸਕਦਾ ਸੀ ਉਹ ਕਿਹੜੀ ਗੱਲ ਹੋ ਗਿਆ। ਜੋ ਹੋ ਗਿਆ ਕਾਹਤੋਂ ਹੋ ਗਿਆ, ਇਹ ਇੱਕੋ ਹੀ ਗੱਲ ਸੀ, ਜਿਹੜਾ ਨਹੀਂ ਹੋ ਸਕਦਾ ਸੀ ਉਹ ਕਿਉਂ ਹੋ ਗਿਆ। ਇੱਕ ਇੱਕ ਗੱਲ ਨੂੰ ਚਾਰ ਚਾਰ ਤਰੀਕੇ ਦੇ ਨਾਲ ਪੇਸ਼ ਕਰਨ ਦੀ ਅਦਾ ਸਿੱਖੋ। ਪਰ ਗੱਲ ਇਹ ਵੀ ਇਹਦੇ 'ਚ ਰੋਟੀ ਕਦੇ ਨਾ ਵਲੇਟੋ, ਕਿਉਂਕਿ ਇਹਦੀ ਜਿਹੜੀ ਇੰਕ ਆ, ਜਿਹੜੀ ਇਹਦੀ ਸਿਆਹੀ ਆ, ਉਹ ਬਹੁਤ ਜ਼ਹਿਰੀਲੀ ਹੁੰਦੀ ਹੈ, ਬਿਲਕੁਲ। ਤੇ ਇਸ ਲਈ ਕਦੇ ਵੀ ਇਹਦੇ 'ਚ ਲਪੇਟੀ ਹੋਈ ਚੀਜ਼ ਆ ਉਹ ਨਹੀਂ ਖਾਣੀ। ਤੁਹਾਨੂੰ ਪਤਾ ਵੀ ਸਾਲ ਦੇ ਵਿੱਚ ਦੋ ਦਿਨ ਅਖਬਾਰਾਂ ਨਹੀਂ ਆਉਂਦੀਆਂ ਪੰਜਾਬੀ ਅਖਬਾਰਾਂ, ਜੀ। ਇੱਕ ਤਾਂ ਦੀਵਾਲੀ ਦੇ ਮੌਕੇ, ਦੂਜਾ 26 ਜਨਵਰੀ ਦੇ ਮੌਕੇ। ਜੀ, ਦੀਵਾਲੀ ਦੀ ਛੁੱਟੀ ਹੁੰਦੀ ਹੈ ਸਾਰੇ ਹੀ ਮੁਲਾਜ਼ਮਾਂ ਨੂੰ, ਜੋ ਅਖਬਾਰ ਦੇ ਵਿੱਚ ਕੰਮ ਕਰਦੇ, ਭਾਵੇਂ ਕਲਰਕ ਆ, ਭਾਵੇਂ ਐਡੀਟਰ ਆ, ਭਾਵੇਂ ਪ੍ਰੂਫ ਰੀਡਰ ਜਿਨ੍ਹਾਂ ਨੂੰ ਗਲਤੀਆਂ ਫੜਨ ਵਾਲੇ ਕਹਿੰਦੇ ਆ, ਤੇ ਭਾਵੇਂ ਟਾਈਪ ਕਰਨ ਵਾਲੇ ਹੁੰਦੇ ਆ। ਤੇ ਇਸੇ ਤਰੀਕੇ ਨਾਲ 26 ਜਨਵਰੀ ਦੇ ਮੌਕੇ 27 ਤਰੀਕ ਨੂੰ ਅਖਬਾਰ ਨਹੀਂ ਆਉਂਦੀ ਘਰ ਦੇ ਵਿੱਚ, ਤੇ ਨਾ ਹੀ ਦੀਵਾਲੀ ਤੋਂ ਅਗਲੇ ਦਿਨ ਆਉਂਦੀ ਆ। ਪਰ ਜਦੋਂ ਅਖਬਾਰ ਨਹੀਂ ਆਉਂਦੀ ਤਾਂ ਮੈਨੂੰ ਇਉਂ ਲੱਗਦਾ ਕਿ ਮੈਂ ਅਪਾਹਜ ਹੋ ਗਿਆ। ਉਹ ਕਿਉਂ? ਮੈਨੂੰ ਇਉਂ ਲੱਗਦਾ ਵੀ ਅੱਜ ਮੈਂ ਨਾ ਅਧੂਰਾ। ਅਖਬਾਰ ਪੜ੍ਹਨ ਦੀ ਆਦਤ ਇਹੋ ਜਿਹੀ ਪਈ ਆ, ਇਹ ਆਦਤ ਪਕਾਉਣੀ ਤੇ ਆਦਤ ਪਾਉਣੀ ਦੋ ਵੱਖੋ ਵੱਖਰੀਆਂ ਗੱਲਾਂ। ਆਦਤ ਪਾਓ ਵੀ ਤੇ ਉਹਨੂੰ ਪਕਾਓ ਵੀ। ਜੀ, ਪਰ ਗੱਲ ਇਹ ਹੈ ਵੀ ਇੱਕ ਚੀਜ਼ ਹੋਰ ਆ ਟਾਣਾ ਸਾਹਿਬ, ਚਾਹੇ ਅੱਜ ਸਾਰੀਆਂ ਅਖਬਾਰਾਂ ਜਿਹੜੀਆਂ ਨੇ ਉਹ ਇੰਟਰਨੈਟ ਦੇ ਉੱਪਰ ਮੌਜੂਦ ਨੇ, ਸਾਰੀਆਂ ਅਖਬਾਰਾਂ ਜਿਹੜੀਆਂ ਐਪਸ ਦੇ ਰੂਪ ਦੇ ਵਿੱਚ ਮੌਜੂਦ ਨੇ, ਪਰ ਜੋ ਮਜ਼ਾ, ਜੋ ਸਵਾਦ ਇਦਾਂ ਅਖਬਾਰ ਨੂੰ ਪੜ੍ਹਨ ਦਾ, ਉਹ ਮੋਬਾਈਲ ਤੇ ਕੰਪਿਊਟਰ ਤੇ ਪੜ੍ਹਨ ਦਾ ਨਹੀਂ ਹੁੰਦਾਗਾ। ਹਾਂ, ਇਹ ਐਪਸ ਤੇ ਨਹੀਂ ਹੁੰਦਾਗਾ। ਐਪਸ ਇੱਕ ਨਵੀਂ ਤਕਨੀਕ ਆ ਜੀ, ਤੇ ਉਸ ਤਕਨੀਕ ਦੇ ਨਾਲ ਜੁੜੇ ਰਹਿਣਾ ਚਾਹੀਦਾ। ਤੁਹਾਡੇ ਕੋਲੇ ਇੰਟਰਨੈਟ ਦੀ ਸਹੂਲਤ ਹੋਊਗੀ, ਤੁਸੀਂ ਘਰ ਬੈਠੇ ਅਖਬਾਰ ਪੜ੍ਹ ਲੈਂਦੇ ਆ ਜੀ, ਪਰ ਇਹਦਾ ਸਵਾਦ ਵੱਖਰਾ ਹੀ ਆ। ਬਿਲਕੁਲ ਸਹੀ, ਉਹ ਜਾਣਕਾਰੀ 'ਚ ਵਾਧਾ ਕਰਨ ਲਈ ਠੀਕ ਆ, ਪਰ ਜੋ ਜੋ ਕੁਝ ਇਹਦੇ ਨਾਲ ਜੁੜਿਆ, ਦੇਖੋ ਕਿੰਨੇ ਲੋਕਾਂ ਦਾ ਰੁਜ਼ਗਾਰ ਜੁੜਿਆ, ਜਿਹੜੇ ਘਰਾਂ ਦੇ ਵਿੱਚ ਮੁੰਡੇ ਅਖਬਾਰਾਂ ਸੁੱਟਣ ਆਉਂਦੇ ਆ ਉਹਨਾਂ ਦਾ ਰੁਜ਼ਗਾਰ, ਜਿਹੜੇ ਏਜੰਸੀਆਂ ਦੇ ਉੱਤੇ ਅਖਬਾਰਾਂ ਪਹੁੰਚਣੀਆਂ ਉਹਨਾਂ ਦਾ ਰੁਜ਼ਗਾਰ, ਛਾਪਣ ਵਾਲਿਆਂ ਦਾ ਰੁਜ਼ਗਾਰ, ਤਿਆਰ ਕਰਨ ਵਾਲਿਆਂ ਦਾ ਅਖਬਾਰ, ਬੜਾ ਕੁਝ ਹੁੰਦਾ ਜੀ। ਜੀ, ਵਾਕਈ ਬਹੁਤ ਹੁੰਦਾ, ਪਰ ਅੱਜ ਆਪਾਂ ਨੂੰ ਕੀ ਹੋਇਆ? ਮੇਰਾ ਜੀ ਕਰਦਾ ਕਿ ਮੈਂ ਅੱਜ ਅਖਬਾਰਾਂ ਦੀਆਂ ਗੱਲਾਂ ਕਰਾਂ। ਜੀ, ਕਰੋ ਫਿਰ, ਆਪਾਂ ਹੋਰ ਗੱਲਾਂ ਰਹਿਣ ਦਿੰਦੇ ਹਾਂ। ਨਹੀਂ ਨਹੀਂ, ਹੋਰ ਵੀ ਕਰਾਂਗੇ। ਅੱਛਾ, ਹਾਂ, ਪੱਕੀ ਗੱਲ ਹੈ? ਬਿਲਕੁਲ। ਤੁਸੀਂ ਕੀ ਹੋਇਆ, ਕਿਸ ਨਾਲ? ਮੈਂ ਤੁਹਾਨੂੰ ਦੱਸਦਾ ਵੀ ਜਦੋਂ ਮੈਂ ਜਲੰਧਰ ਦੇ ਵਿੱਚ ਆਇਆ ਆ ਨਾ ਅਖਬਾਰ ਦੇ ਵਿੱਚ ਨਵਾਂ ਜ਼ਮਾਨਾ 'ਚ, ਜੀ, ਇਹ ਤਕਨੀਕ ਨੇ ਕਿੰਨੀ ਛੇਤੀ ਰੰਗ ਬਦਲਿਆ। ਸਾਡੇ ਦਫ਼ਤਰ ਦਾ ਇੱਕ ਮੁੰਡਾ ਜਿੱਥੇ ਜੰਗਲ ਪਾਣੀ ਜਾਂਦੇ ਹੁੰਦੇ ਆ, ਉੱਥੇ ਅਖਬਾਰ ਲੈ ਕੇ ਚਲਾ ਜਾਇਆ ਕਰੇ। ਕਈ ਲੋਕਾਂ ਨੂੰ ਆਦਤ ਹੁੰਦੀ ਹੈ ਵੀ ਸੀਟ ਦੇ ਉੱਤੇ ਬੈਠ ਕੇ ਅਖਬਾਰ ਨੂੰ ਪੜ੍ਹਦੇ ਆ, ਉਹ ਫਿਰ ਸਫਲ ਹੁੰਦੇ ਜ਼ਿੰਦਗੀ ਦੇ ਵਿੱਚ। ਪਰ ਅਸੀਂ ਅਖਬਾਰ ਲੱਭੀ ਜਾਇਆ ਕਰਨੀ ਜੀ, ਉਹ ਹੋਣੀ ਨਾ, ਪਰ ਹੁਣ ਰੰਗ ਵਟਾਇਆ ਗਿਆ। ਹੁਣ ਉਹ ਬੰਦਾ ਅਖਬਾਰ ਨਹੀਂ ਲੈ ਕੇ ਜਾਂਦਾ, ਉਹ ਸਾਡੇ ਦਫ਼ਤਰ ਦੇ ਵਿੱਚ ਹੀ ਆ। ਹੁਣ ਉਹ ਵੀ ਮੋਬਾਈਲ ਦੇ ਉੱਤੇ ਜਾ ਕੇ ਐਂ ਕਰਦਾ, ਆਉਂਦਾ ਅੱਧੇ ਘੰਟੇ ਬਾਅਦ ਹੀ ਬਾਹਰ ਆ, ਪਹਿਲਾਂ ਅਖਬਾਰ ਕਰਕੇ ਹੁਣ ਐਪ ਕਰਕੇ। ਹਰਮਨ ਜੀ, ਆਪਾਂ ਅਖਬਾਰ ਦੀ ਅਹਿਮੀਅਤ ਬਾਰੇ, ਮਹੱਤਤਾ ਬਾਰੇ ਤਾਂ ਗੱਲਾਂ ਕਰ ਲਈਆਂ ਜੀ, ਤੇ ਚੱਜ ਦਾ ਵਿਚਾਰ ਰਹਿ ਗਿਆ ਜੀ। ਪਹਿਲਾਂ ਮੌਸਮ ਦੀ ਹਾਲ ਬਿਆਨ ਨਹੀਂ ਕਰੋ ਡਾਕਟਰ ਸਾਹਿਬ। ਮੌਸਮ ਦੇ ਪੰਜਾਬ ਦਾ ਜਿਹੜਾ ਉਹ ਬੜਾ ਬਦਲ ਰਿਹਾ, ਦਿਨ ਦੇ ਵੇਲੇ ਧੁੱਪ, ਰਾਤ ਦੇ ਵੇਲੇ ਠੰਡ, ਤੜਕੇ ਵੀ ਠੰਡ ਜੀ। ਤੇ ਮੌਸਮ ਵਿਭਾਗ ਨੇ ਕਿਹਾ ਕਿ ਆਉਂਦੇ 3 ਦਿਨ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਸੰਘਣੀ ਧੁੰਦ ਪੈਣੀ ਆ ਜੀ। ਇਸ ਕਰਕੇ ਭਾਈ ਬਚਾਅ ਦੇ ਵਿੱਚ ਬਚਾਅ, ਤੇ ਪੰਜਾਬ ਦੇ ਵਿੱਚ ਜੋ ਪ੍ਰਦੂਸ਼ਣ ਆ ਉਹ ਵੀ ਲਗਾਤਾਰ ਵੱਧ ਰਿਹਾ ਇਸ ਵੇਲੇ ਜੀ। ਔਰ ਮੈਂ ਤਾਂ ਇਹ ਵੀ ਪੜ੍ਹਿਆ ਸੀ ਅਖਬਾਰ ਦੇ ਵਿੱਚ ਕਿ ਬੱਦਲਵਾਈ ਵੀ ਰਹੇਗੀ ਆਉਂਦੇ 1-2 ਦਿਨ, ਔਰ ਉਸ ਤੋਂ ਇਲਾਵਾ ਬੂੰਦਾਬਾਂਦੀ ਵੀ ਹੋ ਸਕਦੀ ਹੈ, ਹੋ ਸਕਦਾ, ਸੰਭਾਵਨਾ ਪ੍ਰਗਟਾਈ ਆ ਜੀ। ਪਰ ਦਿੱਲੀ ਦੇ ਵਿੱਚ ਇੰਨਾ ਕੁ ਬੁਰਾ ਹਾਲ ਆ ਵੀ ਪੁੱਛੋ ਕੁਛ ਨਾ। ਮੈਂ ਅੱਜ ਇੱਕ ਰਿਪੋਰਟ ਪੜ੍ਹੀ, ਮੈਂ ਤਾਂ ਸੱਚੀ ਮੁੱਚੀ ਹੈਰਾਨ ਹੀ ਹੋ ਗਿਆ। ਉਹ ਕੀ ਰਿਪੋਰਟ? ਇਹ ਗੱਲ ਦੱਸਦੀ ਹੈ ਕਿ ਭਾਰਤ ਆ ਜਿਹੜਾ ਉਹ ਪ੍ਰਦੂਸ਼ਣ ਦੇ ਮਾਮਲੇ ਦੇ ਵਿੱਚ 10 ਦੇ ਵਿੱਚੋਂ 9ਵੇਂ ਨੰਬਰ ਦੇ ਉੱਤੇ ਆ ਰਿਹਾ। ਓ, ਇੰਨਾ ਪ੍ਰਦੂਸ਼ਣ ਹੋ ਗਿਆ ਤੇ ਦਿੱਲੀ ਦੇ ਵਿੱਚ ਜੀ 15 ਮਿੰਟ ਦੇ ਲਈ
15 ਮਿੰਟ ਦੀ ਆਕਸੀਜਨ 299 ਰੁਪਏ ਦੇ ਵਿੱਚ ਮਿਲਦੀ ਤੁਹਾਨੂੰ ਸ਼ੁੱਧ ਆਕਸੀਜਨ ਹੈ ਜਿਹੜੀ। ਅੱਛਾ ਜੀ, ਤੇ ਮੈਂ ਹੈਰਾਨ ਆ ਵੀ ਭਾਈ ਬਣੀ ਕੀ ਜਾਂਦਾ ਸਾਡੇ ਦੇਸ਼ ਦੇ ਵਿੱਚ। ਤੁਸੀਂ ਵੇਖੋ ਇੱਕ ਉਹ ਵੇਲਾ ਸੀ ਤਾਣਾ ਸਾਹਿਬ, ਮੈਨੂੰ ਹਨਾ ਘਰੇ ਜਦੋਂ ਗੱਲਬਾਤ ਹੁੰਦੀ ਹੈ, ਜਦੋਂ ਬਜ਼ੁਰਗਾਂ ਨਾਲ ਗੱਲ ਕਰੋ ਤਾਂ ਮੈਨੂੰ ਉਹ ਗੱਲਾਂ ਸੁਣਨ ਨੂੰ ਬੜੀਆਂ ਅਜੀਬ ਜੀਆਂ ਲੱਗਦੀਆਂ ਹੁਣ, ਕਿਉਂਕਿ ਹੁਣ ਇਹ ਵਰਤਾਰਾ ਨਹੀਂ ਰਹਿ ਗਿਆ। ਕਹਿੰਦੇ ਵੀ ਪਹਿਲਾਂ ਦੁੱਧ ਨਹੀਂ ਸੀ ਵੇਚਦੇ ਹੁੰਦੇ, ਹਨਾ ਉਹ ਕਹਿੰਦੇ ਸੀ ਵੀ ਜੇ ਦੁੱਧ ਵੇਚਦਾ ਤਾਂ ਪੁੱਤ ਵੇਚਦਾ ਬਰਾਬਰ ਆ। ਬਿਲਕੁਲ ਵੀ, ਜੇ ਵੈਸੇ ਹੀ ਕਿਸੇ ਨੂੰ ਦੁੱਧ ਦੀ ਲੋੜ ਆ ਤੇ ਲੈ ਜਾਓ, ਪਰ ਦੁੱਧ ਵੇਚਿਆ ਨਹੀਂ ਸੀ ਜਾਂਦਾ, ਪਾਣੀ ਵੀ ਵਿਕਦਾ, ਹੈਨਾ। ਫਿਰ ਦੁੱਧ ਵੀ ਵਿਕਣਾ ਸ਼ੁਰੂ ਹੋ ਗਿਆ, ਫਿਰ ਗੱਲਾਂ ਹੁੰਦੀਆਂ ਸੀ ਵੀ ਇੱਕ ਵੇਲਾ ਆਊਗਾ ਪਾਣੀ ਵਿਕਿਆ ਕਰੂਗਾ ਬੋਤਲਾਂ ਦੇ ਵਿੱਚ, ਉਹ ਵੀ ਵਿਕ ਰਿਹਾ। ਫਿਰ ਆਪਾਂ ਬਹਿ ਕੇ ਹਮੇਸ਼ਾ ਗੱਲ ਕਰਦੇ ਹੁੰਦੇ ਆ ਵੀ ਜੋ ਹਵਾ ਦੇ ਹਾਲਾਤ ਨੇ, ਇਹ ਆਕਸੀਜਨ ਸਿਲੰਡਰ ਹਰੇਕ ਨੂੰ ਮੋਢੇ ਦੇ ਉੱਤੇ ਟੰਗ ਕੇ ਤੇ ਫਿਰ ਤੁਰਨਾ ਪਊਗਾ ਤੇ ਆਕਸੀਜਨ ਵੀ ਮੁੱਲ ਦੀ ਹੋ ਜਾਣੀ, ਤੇ ਉਹ ਵੀ ਗੱਲਾਂ ਸੱਚ ਹੋ ਗਈਆਂ। ਬਿਲਕੁਲ, ਤੁਹਾਡੀ ਗੱਲ ਸਹੀ ਹੈ। ਤੇ ਹਰਮਨ ਜੀ, ਇਸ ਤੋਂ ਵੀ ਵੱਧ ਦੁੱਖ ਦੀ ਗੱਲ ਇਹ ਆ ਕਿ ਮੈਂ ਪਿਛਲੇ 3-4 ਦਿਨਾਂ ਦੇ ਵਿੱਚ ਘੱਟੋ ਘੱਟ 15-20 ਜਣਿਆਂ ਨੂੰ ਜਲੰਧਰ ਦੇ ਵਿੱਚ ਮਾਸਕ ਪਈ ਨਹੀਂ ਦੇਖਿਆ ਜੀ। ਜੇ ਪੰਜਾਬ ਦੇ ਵਿੱਚ ਵੀ ਲੋਕ ਇਸ ਤਰੀਕੇ ਨਾਲ ਮੂੰਹ ਢੱਕ ਕੇ ਮਜਬੂਰੀ ਦੇ ਵਿੱਚ ਬਾਹਰ ਨਿਕਲਣ ਵਾਸਤੇ ਮਜਬੂਰ ਹੋ ਗਏ ਆ ਜੀ, ਤਾਂ ਫਿਰ ਇਹ ਆਪਾਂ ਮੰਨ ਸਕਦੇ ਹਾਂ ਵੀ ਕਿਹੜੀ ਪਵਨ ਗੁਰੂ ਤੇ ਪਾਣੀ ਪਿਤਾ ਮਾਤਾ ਧਰਤ ਮਹੱਤ ਦੇ ਉੱਤੇ ਅਸੀਂ ਅਮਲ ਕੀਤਾ। ਅਸੀਂ ਗੁਰਬਾਣੀ ਦਾ ਸੰਗ ਕਰਦੇ ਹਾਂ, ਗੁਰਬਾਣੀ ਦਾ ਪਾਠ ਕਰਦੇ ਹਾਂ, ਪਰ ਅਮਲ ਨਹੀਂ ਕੀਤਾ। ਅਸੀਂ ਬਾਬੇ ਨਾਨਕ ਦੀ ਵੀ ਨਹੀਂ ਮੰਨੀ, ਅਸੀਂ ਜੋ ਵਰਤਮਾਨ ਹਾਲਾਤ ਆ ਉਹਨੂੰ ਵੀ ਨਹੀਂ ਸਮਝਿਆ ਤੇ ਗੱਲਾਂ ਹੀ ਆ। ਮੈਨੂੰ ਲੱਗਦਾ ਵੀ ਨਾ ਬਹੁਤ ਸਾਰੇ ਲੋਕਾਂ ਨੇ, ਜਦੋਂ 550 ਸਾਲ ਆਪਾਂ ਮਨਾਇਆ ਹੈ, ਉਸ ਤੋਂ ਪਹਿਲਾਂ ਵੀ ਤੇ ਉਸ ਦੌਰਾਨ ਵੀ ਬਹੁਤ ਸਾਰੇ ਲੋਕਾਂ ਨੇ ਰੁੱਖ ਲਗਾਏ ਨੇ, ਬੂਟੇ ਲਗਾਏ ਨੇ, ਹਨਾ। ਤੇ ਇਹ ਜ਼ਰੂਰ ਹੋਣਾ ਚਾਹੀਦਾ ਵੀ ਜੇ ਅਸੀਂ ਬੂਟੇ ਲਗਾਏ ਤੇ ਆਪਾਂ ਉਹਨਾਂ ਨੂੰ ਉੱਥੇ ਹੀ ਨਾ ਛੱਡ ਦਈਏ, ਉਹਨਾਂ ਦੀ ਦੇਖਭਾਲ ਦੇ ਵੱਲ ਧਿਆਨ ਦਈਏ, ਉਹਨਾਂ ਨੂੰ ਵੱਡੇ ਹੋਣ ਦੇ ਵਿੱਚ ਸਹਾਇਤਾ ਕਰੀਏ, ਪਾਣੀ ਪਾਈਏ ਸਮੇਂ ਤੇ। ਬੂਟੇ ਲਾਉਣ ਦੀਆਂ ਖਬਰਾਂ ਆਉਂਦੀਆਂ ਸੀ ਕਿ ਫਲਾਣੀ ਥਾਂ ਦੇ ਉੱਤੇ ਬੂਟੇ ਲਾਏ, ਫਲਾਣੀ ਥਾਂ ਤੇ ਲਾਏ, ਹੁਣ ਕਿਤੇ ਖਬਰਾਂ ਇਹ ਵੀ ਆਉਣ ਕਿ ਫਲਾਣੀ ਥਾਂ ਦੇ ਬੂਟਿਆਂ ਨੂੰ ਪਾਣੀ ਪਾਇਆ, ਫਲਾਣੀ ਥਾਂ ਦੇ ਬੂਟਿਆਂ ਨੂੰ ਵਾੜ ਕੀਤੀ, ਫਲਾਣੀ ਥਾਂ ਦੇ ਬੂਟਿਆਂ ਨੂੰ ਦਵਾਈ ਪਾਈ ਕਿਉਂਕਿ ਵੀ ਕੋਈ ਸਿਉਂਕ ਨਾ ਲੱਗ ਜੇ, ਕੋਈ ਹੋਰ ਕੀੜਾ ਨਾ ਲੱਗ ਜੇ, ਇਹੋ ਜਿਹੀਆਂ ਖਬਰਾਂ ਵੀ ਆਉਣ ਤੇ ਮੇਰਾ ਚੱਜ ਦਾ ਵਿਚਾਰ ਵੀ ਇਹੋ ਜਿਹਾ ਹੀ ਆ। ਜ਼ਿੰਦਗੀ ਦੇ ਵਿੱਚ ਇਹ ਨਹੀਂ ਸੋਚਣਾ ਚਾਹੀਦਾ ਕਿ ਕਿਸੇ ਚੀਜ਼ ਦੀ ਕੋਈ ਕੀਮਤ ਨਹੀਂ, ਹਰ ਚੀਜ਼ ਦੀ ਕੋਈ ਨਾ ਕੋਈ ਕੀਮਤ ਹੈ। ਬਾਹਰ ਜਿਹੜੀ ਆਕਸੀਜਨ ਮੁਫਤ ਮਿਲਦੀ ਹੈ, ਹਸਪਤਾਲ ਦੇ ਵਿੱਚ ਬੇਹੱਦ ਮਹਿੰਗੀ ਹੋ ਜਾਂਦੀ ਹੈ। ਬਿਲਕੁਲ ਸਹੀ ਗੱਲ ਹੈ, ਔਰ ਇਹ ਤੁਸੀਂ ਪਹਿਲਾਂ ਹੀ ਦੱਸ ਚੁੱਕੇ ਹੋ ਵੀ 299 ਰੁਪਏ ਨੂੰ 15 ਮਿੰਟ ਦੇ ਲਈ ਆਕਸੀਜਨ ਮਿਲਦੀ ਪਈ ਹੈ। ਸੋ ਆਪਾਂ ਨੂੰ ਸੋਚਣਾ ਪਏਗਾ, ਵਿਚਾਰਨਾ ਪਏਗਾ, ਤੇ ਜਿਹੜਾ ਚਾਹੀਦਾ ਵਿਚਾਰ ਮੈਂ ਲੈ ਕੇ ਆਈ ਹਾਂ। ਕਹਿੰਦੇ ਕਿ ਜਦੋਂ ਕਿਸੇ ਦੇ ਨਾਲ ਦੁਸ਼ਮਣੀ ਪੈਂਦੀ ਹੈ ਨਾ, ਤਾਂ ਉਹਨੂੰ ਕਦੇ ਵੀ ਇਹੋ ਜਿਹੇ ਕੁਝ ਲਫ਼ਜ਼ ਨਾ ਕਹੋ ਕਿ ਮੁੜ ਕੇ ਜਦੋਂ ਤੁਹਾਡੀ ਦੋਸਤੀ ਪੈਣ ਲੱਗੇ ਤੇ ਫਿਰ ਤੁਹਾਨੂੰ ਉਹਨਾਂ ਸ਼ਬਦਾਂ ਦੇ ਲਈ ਸ਼ਰਮਿੰਦਾ ਹੋਣਾ ਪਏ। ਬਹੁਤ ਖੂਬਸੂਰਤ ਗੱਲ ਕਹੀ ਆ। ਕਈ ਵਾਰ ਅਸੀਂ ਤੱਤੇ ਰੌਣ ਦੇ ਵਿੱਚ ਇੰਨਾ ਕੁ ਬੋਲ ਜਾਂਦੇ ਹਾਂ, ਕਿਸੇ ਦੇ ਬਾਬਤ ਇੰਨੀ ਕੁ ਆਪਦੇ ਮੂੰਹ ਦੇ ਵਿੱਚੋਂ ਕੜੱਤਣ ਭਰੀ ਗੱਲ ਕੱਢ ਦਿੰਦੇ ਹਾਂ ਵੀ ਸਾਰੀ ਉਮਰ ਦੇ ਲਈ ਨਫ਼ਰਤ ਦੀਆਂ ਕੰਧਾਂ ਖੜੀਆਂ ਹੋ ਜਾਂਦੀਆਂ। ਕਿਸੇ ਨੂੰ ਇੰਨਾ ਮਾੜਾ ਨਾ ਕਹੋ ਕਿ ਜੇਕਰ ਉਹਦੇ ਨਾਲ ਦੁਬਾਰਾ ਜੁੜਨਾ ਪਵੇ ਤੇ ਆਪਣੇ ਆਪ ਨੂੰ ਸ਼ਰਮਿੰਦਗੀ ਹੋਵੇ। ਕਿਸੇ ਦੀ ਇੰਨੀ ਸਿਫਤ ਨਾ ਕਰਦੇ ਹੋ ਵੀ ਕੱਲ ਨੂੰ ਉਹ ਕੋਈ ਚਵਲ ਮਾਰ ਜੇ, ਉਹ ਕੋਈ ਗਲਤੀ ਕਰ ਜੇ ਤੇ ਬਾਅਦ ਦੇ ਵਿੱਚ ਤੁਸੀਂ ਕਹੋ ਯਾਰ ਮੈਂ ਤਾਂ ਇਹਦੀਆਂ ਸਿਫਤਾਂ ਕਰਦਾ ਰਿਹਾ। ਇੱਕ ਚੱਜ ਦਾ ਵਿਚਾਰ ਮੈਨੂੰ ਹੋਰ ਸੋਚੀਏ, ਉਹ ਇਹ ਆ ਵੀ ਕਿਸੇ ਨੇ ਦੂਜੇ ਨੂੰ ਪੁੱਛਿਆ, ਵਿਦਵਾਨ ਨੂੰ ਪੁੱਛਿਆ, ਕਹਿੰਦੇ ਵੀ ਸਮਾਜ ਦੇ ਲਈ ਕੀ ਕਰਨਾ ਚਾਹੀਦਾ, ਸਮਾਜ ਦੇ ਅੱਗੇ ਵਧਣ ਵਾਸਤੇ ਕਿਹੜੀ ਕਿਹੜੀ ਗੱਲ ਜ਼ਰੂਰੀ ਆ। ਉਹ ਵਿਦਵਾਨ ਕਹਿੰਦਾ ਸਾਨੂੰ ਲੱਤ ਖਿੱਚਣ ਦੀ ਥਾਂ ਦੇ ਉੱਤੇ ਹੱਥ ਖਿੱਚਣਾ ਚਾਹੀਦਾ। ਅੱਛਾ ਜੀ, ਲੱਤ ਨੀ ਜੀ, ਹੱਥ ਖਿੱਚੋ ਤੇ ਬੰਦੇ ਨੂੰ ਤਾਂ ਖਿੱਚ ਕੇ ਲਿਜਾਓ, ਲੱਤ ਖਿੱਚ ਕੇ ਥੱਲੇ ਨਾ ਸੁੱਟੋ। ਬਿਲਕੁਲ, ਇਹ ਗੱਲ ਬੜੀ ਜ਼ਰੂਰੀ ਹੈ ਜੀ। ਹਰਮਨ ਜੀ, ਇੱਕ ਨਾ ਬੜੀ ਹੈਰਾਨੀਜਨਕ ਅੱਜ ਮੈਂ ਖਬਰ ਪੜ੍ਹੀ ਜੀ, ਤੇ ਕੱਲ ਮੈਂ ਸੋਸ਼ਲ ਮੀਡੀਆ ਦੇ ਉੱਤੇ ਫੈਲਦੀ ਹੋਈ ਇਹ ਵੀਡੀਓ ਵੀ ਦੇਖੀ। ਦੇਖੋ, ਬਚਾਅ ਦੇ ਵਿੱਚ ਬਚਾਅ ਤੇ ਜਿਹੜੀ ਇਹ ਖਬਰ ਸਾਂਝੀ ਕਰਨ ਲੱਗੇ ਆ, ਇਹ ਸਭ ਨੂੰ ਆਪਣੇ ਚੇਤੇ 'ਚ ਵਸਾ ਕੇ ਰੱਖਣੀ ਚਾਹੀਦੀ ਹੈ ਤੇ ਅੱਗੇ ਵੀ ਆਪਣੇ ਸਕੇ ਸੰਬੰਧੀਆਂ ਨੂੰ ਜ਼ਰੂਰ ਦੱਸਣੀ ਚਾਹੀਦੀ ਹੈ ਤਾਂ ਜੋ ਉਹਨਾਂ ਦਾ ਵੀ ਭਲਾ ਹੋ ਸਕੇ, ਉਹਨਾਂ ਦੀ ਜ਼ਿੰਦਗੀ ਦਾ ਖੌ ਨਾ ਬਣੇ। ਹੋਇਆ ਕੀ, ਮਾਨਸੇ ਜ਼ਿਲ੍ਹੇ ਦੇ ਵਿੱਚ ਪਿੰਡ ਹੈਗਾ ਮੂਸਾ ਜੀ, ਉਸ ਪਿੰਡ ਦੇ ਵਿੱਚ ਡਾਕੀਏ ਦੇ ਵੱਲੋਂ ਕੁਝ ਕੁ ਪੈਕਟ ਵੰਡੇ ਗਏ ਆ ਕਿਉਂਕਿ ਡਾਕ ਦੇ ਰਾਹੀਂ ਜੋ ਚੀਜ਼ ਆਈ ਹੋਵੇ ਤੇ ਉਹ ਡਾਕੀਏ ਨੂੰ ਵੰਡਣੀ ਪੈਂਦੀ ਹੈ, ਇਹ ਉਹਦੀ ਨੌਕਰੀ ਦੇ ਵਿੱਚ ਡਿਊਟੀ ਦੇ ਵਿੱਚ ਸ਼ਾਮਿਲ ਆ ਜੀ। ਉਹ ਨਾ ਪ੍ਰਸ਼ਾਦ ਦੇ ਪੈਕਟ ਆ, ਅੱਛਾ ਜੀ, ਉਹਦੇ ਵਿੱਚ ਮਖਾਣੇ ਆ, ਉਹਦੇ ਵਿੱਚ ਖਿੱਲਾਂ, ਉਹਦੇ ਵਿੱਚ ਕੁਝ ਕੁ ਹੋਰ ਚੀਜ਼ਾਂ, ਉੱਤੇ ਲਿਖਿਆ ਵੀ ਹੋਇਆ ਪ੍ਰਸ਼ਾਦ। ਉਹ ਜਿਹਦਾ ਜਿਹਦਾ ਉੱਤੇ ਪਤਾ ਲਿਖਿਆ ਸੀਗਾ ਵੀ ਮੰਨ ਲਓ ਗੁਰਚਰਨ ਸਿੰਘ ਪੁੱਤਰ ਫਲਾਣਾ ਸਿੰਘ, ਮੱਖਣ ਸਿੰਘ ਪੁੱਤਰ ਫਲਾਣਾ ਸਿੰਘ, ਦਸੌਂਦਾ ਸਿੰਘ ਪੁੱਤਰ ਫਲਾਣਾ ਸਿੰਘ, ਜਿਹਦਾ ਜਿਹਦਾ ਪਤਾ ਲੱਗਾ ਸੀਗਾ ਤੇ ਜੋ ਜੋ ਲਿਖਿਆ ਸੀ ਤੇ ਉਹਨੇ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਵੰਡਤੇ। ਉਹ ਪ੍ਰਸ਼ਾਦ ਖਾ ਕੇ ਤੇ 9-10 ਲੋਕ ਬਿਮਾਰ ਹੋ ਗਏ ਆ, ਉਹਨਾਂ ਨੂੰ ਹੁਣ ਦਵਾਈ ਲੈਣੀ ਪੈ ਰਹੀ ਆ। ਅੱਛਾ ਜੀ, ਇਸੇ ਤਰੀਕੇ ਦੇ ਨਾਲ ਮਾਨਸੇ ਦੇ ਵਿੱਚ ਕੁਝ ਕੁ ਹੋਰ ਪਿੰਡ ਆ, ਜਿਹੜੇ 3-4 ਪਿੰਡਾਂ ਤੋਂ ਵੀ ਜਾਣਕਾਰੀ ਆਈ ਆ ਵੀ ਡਾਕੀਏ ਦੇ ਵੱਲੋਂ ਪ੍ਰਸ਼ਾਦ ਵਾਲੇ ਪੈਕਟ ਵੰਡੇ ਗਏ ਆ ਤੇ ਉਹਨਾਂ ਪੈਕਟਾਂ ਦੇ ਵਿੱਚ ਜਦੋਂ ਪ੍ਰਸ਼ਾਦ ਖਾਧਾ ਤੇ ਨਾਲ ਦੀ ਨਾਲ ਹੀ ਬੰਦੇ ਬਿਮਾਰ ਹੋ ਗਏ ਆ ਤੇ ਲੱਗਦਾ ਇਹ ਆ ਵੀ ਕੋਈ ਜ਼ਹਿਰੀਲੀ ਚੀਜ਼ ਮਿਲਾ ਕੇ ਇਹ ਪ੍ਰਸ਼ਾਦ ਦੇ ਪੈਕਟ ਵੱਖ ਵੱਖ ਲੋਕਾਂ ਦੇ ਘਰਾਂ ਤੱਕ ਪਹੁੰਚਾਏ ਜਾ ਰਹੇ ਆ। ਹਾਂ, ਕਿੰਨੀ ਗਲਤ ਗੱਲ ਹੈ, ਇਹ ਜਾਣ ਬੁੱਝ ਕੇ ਵੀ ਤਾਂ ਪਹੁੰਚਾਏ ਜਾ ਸਕਦੇ ਆ ਹਨਾ, ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਉਹ ਪੈਕਟ ਬਹੁਤ ਪੁਰਾਣੇ ਹੋਣ ਜਿਹਦੇ ਕਰਕੇ ਕੋਈ ਨਾ ਕੋਈ ਸਿਹਤ ਦੇ ਵਿੱਚ ਖਰਾਬੀ। ਨਹੀਂ ਹਰਮਨ ਜੀ, ਗੱਲ ਇਹ ਹੈ ਨਾ ਵੀ ਜੇਕਰ ਤੁਸੀਂ ਮੰਗਵਾਇਆ
ਤੇ ਫਿਰ ਉਹਦੇ ਪਿੱਛੇ ਕੋਈ ਨਾ ਕੋਈ ਕਾਰਨ ਤਾਂ ਹੈਗਾ ਨਾ। ਜ਼ਿਆਦਾ ਤੁਹਾਡਾ ਕੋਈ ਰਿਸ਼ਤੇਦਾਰ ਕਵੇ ਜੀ ਕਿ ਮੈਂ ਤੁਹਾਨੂੰ ਪ੍ਰਸ਼ਾਦ ਭੇਜਿਆ ਇਹ ਮਿਲੂਗਾ, ਤੁਸੀਂ ਕਿਸੇ ਗੁਰਦੁਆਰੇ ਦੇ ਨਾਲ ਕਿਸੇ ਹੋਰ ਧਾਰਮਿਕ ਥਾਂ ਦੇ ਨਾਲ ਸੰਪਰਕ ਕੀਤਾ ਵੀ ਤੁਸੀਂ ਕਿਹਾ ਵੀ ਪ੍ਰਸ਼ਾਦ ਚਾਹੀਦਾ ਉਹ ਸ਼ਾਇਦ ਭੇਜ ਦੇਣ ਜੀ, ਪਰ ਜੇਕਰ ਤੁਸੀਂ ਮੰਗਵਾਇਆ ਵੀ ਨਹੀਂ ਤੇ ਫਿਰ ਵੀ ਤੁਹਾਡੇ ਘਰ ਆ ਰਿਹਾ, ਇਹਦੇ ਪਿੱਛੇ ਬਹੁਤ ਵੱਡੀ ਸਾਜਿਸ਼ ਹੋ ਸਕਦੀ ਆ ਜੀ। ਤੇ ਉੱਤੇ ਪੈਕਟਾਂ ਤੇ ਲਿਖਿਆ ਹੋਇਆ ਹਰ ਕਾ ਦਾਸ ਸਭ ਕਾ ਦਾਸ। ਅੱਛਾ ਜੀ, ਹਾਂਜੀ ਇਹ ਲਿਖਿਆ ਹੋਇਆ। ਓਹੋ, ਪਰ ਇਹ ਨਾ ਵੈਸੇ ਟਾਣਾ ਸਾਹਿਬ ਤੁਹਾਡੀ ਗੱਲ ਬਿਲਕੁਲ ਵਾਜਬ ਹੈ। ਦੇਖੋ ਧਾਰਮਿਕ ਆਸਥਾ ਆਪਣੀ ਥਾਂ ਦੇ ਉੱਪਰ ਆ, ਹੈ ਨਾ, ਪਰ ਸਿਹਤ ਜਿਹੜੀ ਆ ਉਹ ਆਪਣੀ ਥਾਂ ਦੇ ਉੱਪਰ ਆ। ਜੇਕਰ ਆਪਾਂ ਵਾਕਈ ਕਿਸੇ ਤੋਂ ਪ੍ਰਸ਼ਾਦ ਨਹੀਂ ਮੰਗਵਾਇਆ ਤਾਂ ਅਸੀਂ ਥੋੜ੍ਹਾ ਜਿਹਾ ਸੋਝੀ ਨਾਲ ਕੰਮ ਲਈਏ ਅਤੇ ਆਪਾਂ ਨਾ ਉਸ ਪ੍ਰਸ਼ਾਦ ਨੂੰ ਖਾਈਏ, ਕਿਉਂਕਿ ਜਦ ਇਹ ਤਾਂ ਇੱਕ ਹੈ ਨਾ ਕਹਿ ਲਓ ਵੀ ਆਮ ਗੱਲ ਆ ਵੀ ਜੇ ਅਸੀਂ ਕਿਹਾ ਹੀ ਨਹੀਂ ਕਿਸੇ ਨੂੰ ਤਾਂ ਫਿਰ ਪ੍ਰਸ਼ਾਦ ਸਾਡੇ ਘਰ ਕਿਵੇਂ ਆ ਸਕਦਾ। ਹੁੰਦੇ ਅਸੀਂ ਨਿਆਣਿਆਂ ਨੂੰ ਇਹ ਗੱਲ ਕਹਿੰਦੇ ਰਹੇ ਹਾਂ, ਸਾਨੂੰ ਵੀ ਮਾਪੇ ਕਹਿੰਦੇ ਰਹੇ ਆ ਵੀ ਪੁੱਤ ਬਾਹਰੋਂ ਕੋਈ ਚੀਜ਼ ਦੇਵੇ ਨਾ ਖਾਣੀ ਨਹੀਂ ਜੀ। ਅਸੀਂ ਉਹ ਚੀਜ਼ ਕਈ ਵਾਰੀ ਲੈ ਲੈਂਦੇ ਸੀ ਪਰ ਘਰਦਿਆਂ ਨੂੰ ਆ ਕੇ ਫੜਾ ਦਿੰਦੇ ਸੀ ਵੀ ਆਹ ਮੈਨੂੰ ਫਲਾਣੀ ਥਾਂ ਤੋਂ ਚੀਜ਼ ਮਿਲੀ ਆ, ਮਾਪੇ ਕਹਿੰਦੇ ਸੀ ਵੀ ਪਤਾ ਨਹੀਂ ਇਹਦੇ 'ਚ ਕੀ ਮਿਲਾਇਆ ਹੋਊਗਾ, ਪੁੱਤ ਖਾਓ ਨਾ, ਇਹਦੀ ਥਾਂ ਦੇ ਉੱਤੇ ਤੁਸੀਂ ਘਰੋਂ ਕੋਈ ਚੀਜ਼ ਖਾ ਲਓ। ਤੇ ਹੁਣ ਜੇਕਰ ਸਾਡੇ ਘਰ ਦੇ ਵਿੱਚ ਕੋਈ ਚੀਜ਼ ਡਾਕਰਾ ਹੀ ਆ ਰਹੀ ਆ, ਅਸੀਂ ਵੀ ਨਾ ਇਹ ਖਾਈਏ, ਬਿਲਕੁਲ ਅਸੀਂ ਉਹ ਬਚਪਨ ਵਾਲੀ ਗੱਲ ਦੇ ਉੱਤੇ ਅਮਲ ਕਰੀਏ, ਪਤਾ ਕੋਈ ਨਹੀਂ ਕਿਸੇ ਦੀ ਕੀ ਮਨਸ਼ੇ ਆ। ਨਹੀਂ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਹੁੰਦੀ ਵੀ ਜਿਹੜੇ ਲੋਕ ਇਹੋ ਜਿਹੀਆਂ ਗਲਤ ਹਰਕਤਾਂ ਕਰਦੇ ਨੇ, ਹੈ ਨਾ, ਉਹਨਾਂ ਨੂੰ ਕੀ ਮਿਲਦਾ? ਤੁਸੀਂ ਕਿਸੇ ਦੀ ਧਾਰਮਿਕ ਆਸਥਾ ਨਾਲ ਕਿਵੇਂ ਖੇਡ ਸਕਦੇ ਹੋ? ਤੁਹਾਡੀ ਕਿਸੇ ਨਾਲ ਕਿੜ ਹੋ ਸਕਦੀ ਹੈ, ਤੁਹਾਡੀ ਖਹਿਬਾਜ਼ੀ ਹੋ ਸਕਦੀ ਹੈ, ਕਿਸੇ ਨਾਲ ਵਿਚਾਰਧਾਰਕ ਮਤਭੇਦ ਹੋ ਸਕਦੇ ਨੇ, ਪਰ ਇਹਦਾ ਮਤਲਬ ਇਹ ਤਾਂ ਨਹੀਂ ਵੀ ਤੁਸੀਂ ਉਹਦੀ ਧਾਰਮਿਕ ਆਸਥਾ ਨੂੰ ਵੀ ਦਾਅ ਦੇ ਉੱਤੇ ਲਗਾ ਕੇ ਤੇ ਤੁਸੀਂ ਧਾਰਮਿਕ ਚੀਜ਼ਾਂ ਦੇ ਨਾਲ ਛੇੜਛਾੜ ਕਰੋ। ਬਿਲਕੁਲ, ਇਹ ਤਾਂ ਸਰਾਸਰ ਗਲਤ ਚੀਜ਼ ਹੈ। ਦੇਖੋ ਭਾਈ, ਬਚਾਅ ਦੇ ਵਿੱਚ ਬਚਾਅ, ਬਿਲਕੁਲ, ਇੱਥੇ ਪਤਾ ਨਹੀਂ ਕੀ ਤੋਂ ਕੀ ਹੋ ਜਾਂਦਾ, ਇਸ ਕਰਕੇ ਕਿਸੇ ਦੇ ਉੱਤੇ ਅੰਨਾ ਭਰੋਸਾ ਨਾ ਕਰੋ, ਭਾਵੇਂ ਪ੍ਰਸ਼ਾਦ ਦਾ ਮਾਮਲਾ ਤੇ ਭਾਵੇਂ ਕੋਈ ਹੋਰ ਖਾਣ ਪੀਣ ਵਾਲੀ ਚੀਜ਼ ਆ। ਇਸ ਕਰਕੇ ਭਾਈ ਬਾਅਦ ਦੇ ਵਿੱਚ ਅਸੀਂ ਕਹੀਏ ਵੀ ਫਲਾਣੀ ਗੱਲ ਹੋ ਗਈ, ਕਿਸਮਤ ਚ ਐਂ ਲਿਖਿਆ ਸੀ, ਆਹ ਸੀ, ਉਹ ਸੀ, ਇਹਦੇ ਨਾਲੋਂ ਹੁਣੇ ਸੰਭਲ ਕੇ ਬਚਾਅ ਦੇ ਵਿੱਚ ਬਚਾਅ, ਆਪਣੇ ਸਕੇ ਸੰਬੰਧੀਆਂ ਨੂੰ, ਰਿਸ਼ਤੇਦਾਰਾਂ ਨੂੰ, ਭੈਣ ਭਰਾਵਾਂ ਨੂੰ ਅੱਗੇ ਤੋਂ ਅੱਗੇ ਜਾਣਕਾਰੀ ਦਿਓ ਕਿ ਜੇਕਰ ਤੁਹਾਡੇ ਘਰ ਦੇ ਵਿੱਚ ਵੀ ਕੋਈ ਇਹੋ ਜਿਹੀ ਚੀਜ਼ ਆਉਂਦੀ ਹੈ ਤਾਂ ਉਹ ਖਾਣੀ ਨਹੀਂ ਗੀ। ਵੈਸੇ ਨਾ ਜੇਕਰ ਕਿਸੇ ਬੰਦੇ ਦੇ ਨਾਲ ਖਹਿਬਾਜ਼ੀ ਹੋਵੇ ਜਾਂ ਜੇਕਰ ਤੁਹਾਨੂੰ ਕਿਸੇ ਇਨਸਾਨ ਦੇ ਉੱਪਰ ਪੂਰਨ ਤੌਰ ਤੇ ਭਰੋਸਾ ਨਾ ਹੋਵੇ ਤਾਂ ਉਹਦੇ ਹੱਥੋਂ ਵੀ ਚੀਜ਼ ਲੈ ਕੇ ਨਹੀਂ ਖਾਣੀ ਚਾਹੀਦੀ। ਬਿਲਕੁਲ, ਤੇ ਪੁਲਿਸ ਹੁਣ ਇਸ ਮਾਮਲੇ ਦੀ ਪੜਤਾਲ ਵੀ ਕਰ ਰਹੀ ਹੈ ਜੀ, ਕਿਉਂਕਿ ਕੋਈ ਪਤਾ ਨਹੀਂ ਵੀ ਕਿਹੜਾ ਬੰਦਾ ਕਿਹੜੀ ਸੋਚ ਦੇ ਤਹਿਤ ਤੁਹਾਨੂੰ ਕੀ ਦੇ ਕੇ ਜਾਂਦਾ। ਅੱਜ ਦੇ ਸਮੇਂ 'ਚ ਤੁਸੀਂ ਕਿਸੇ ਤੇ ਭਰੋਸਾ ਨਹੀਂ ਕਰ ਸਕਦੇ। ਹਰਮਨ ਜੀ, ਜ਼ਿੰਦਗੀ ਦੇ ਵਿੱਚ ਬੰਦੇ ਨੂੰ ਨਾ ਦਾਨ ਪੁੰਨ ਕਰਦੇ ਰਹਿਣਾ ਚਾਹੀਦਾ। ਬਿਲਕੁਲ, ਦਸਵੰਧ ਆ ਨਾ ਜਿਹੜਾ ਉਹ ਹਰ ਪੱਖ ਤੋਂ ਕੱਢਣਾ ਚਾਹੀਦਾ। ਦਸਵੰਧ ਇਕੱਲਾ ਕਮਾਈ ਦੇ ਵਿੱਚੋਂ ਨਹੀਂ ਹੁੰਦਾ ਜੀ, ਆਪਾਂ ਵੈਸੇ ਦਸਵੰਧ ਕਮਾਈ ਦੇ ਵਿੱਚੋਂ ਵੀ ਬਹੁ ਗਿਣਤੀ ਲੋਕ ਨਹੀਂ ਕੱਢਦੇ, ਕਈ ਕੱਢਦੇ ਵੀ ਆ, ਕਈ ਦਸਵੰਧ ਨੂੰ ਵਧਾ ਕੇ ਵੀ ਪੇਸ਼ ਕਰਦੇ ਆ ਤੇ ਕਈ ਦਸਵੰਧ ਨੂੰ ਘਟਾ ਕੇ ਵੀ ਪੇਸ਼ ਕਰਦੇ ਆ, ਇਹ ਬੰਦੇ ਦੀ ਆਪੋ ਆਪਣੀ ਸੋਚ ਤੇ ਨਿਰਭਰ ਕਰਦੀ ਗੱਲ ਆ। ਪਰ ਜੋ ਸਾਡੇ ਕੋਲੇ ਕੁੱਲ ਸਮਾਂ ਉਹਦਾ ਵੀ ਦਸਵੰਧ ਕੱਢਣਾ ਚਾਹੀਦਾ। ਦੇਖੋ, ਦਸਵੰਧ ਕੱਢਣ ਦਾ ਆਪੋ ਆਪਣਾ ਤਰੀਕਾ ਨਾ, ਕੋਈ ਬੰਦਾ ਜਿਹੜਾ ਹੈ ਉਹ ਆਪਣਾ ਸਮਾਂ ਦੇ ਕੇ ਦਸਵੰਧ ਕੱਢਦਾ, ਕੋਈ ਬੰਦਾ ਪੈਸੇ ਦੇ ਰੂਪ ਚ ਦਸਵੰਧ ਕੱਢਦਾ, ਕੋਈ ਕੋਈ ਚੀਜ਼ ਲੈ ਕੇ ਦੇ ਦਿੰਦਾ ਉਹਦੇ ਰੂਪ ਚ ਦਸਵੰਧ ਕੱਢਦਾ। ਸੋ ਇਹ ਹਰੇਕ ਦੀ ਆਪੋ ਆਪਣੀ ਮਰਜ਼ੀ ਤੇ ਆਪੋ ਆਪਣਾ ਤਰੀਕਾ। ਮੈਨੂੰ ਨਾ ਇੱਕ ਗੱਲ ਚੇਤੇ ਆ ਗਈ ਜੀ, ਕਹਿੰਦੇ ਵੀ ਇੱਕ ਵਾਰੀ ਇੱਕ ਬਹੁਤ ਹੀ ਅਮੀਰ ਬੰਦਾ, ਕਰੋੜਪਤੀ ਬੰਦਾ, ਉਮਰ ਭੋਗ ਕੇ ਤੇ ਮਰ ਗਿਆ। ਅੱਛਾ ਜੀ, ਜਦੋਂ ਤਾਂ ਗਿਆ ਕਹਿੰਦੇ ਲੇਖਾ ਜੋਖਾ ਵਹੀ ਖਾਤਾ ਜੋ ਉਹਨਾਂ ਨੇ ਫਰੋਲਿਆ, ਜਿਹੜੇ ਉੱਤੇ ਮੁਲਾਜ਼ਮ ਬੈਠੇ ਸੀਗੇ ਉਹ ਕਹਿੰਦੇ ਵੀ ਤੂੰ ਤਾਂ ਥੱਲੇ ਬਹੁਤ ਚੌਰ ਪੁਣਾ ਕੀਤਾ, ਅੱਛਾ, ਤੈਨੂੰ ਤਾਂ ਨਰਕਾਂ ਦੇ ਵਿੱਚ ਭੇਜਣਾ ਨਰਕਾਂ 'ਚ, ਉਹ ਨਾ ਤੂੰ ਕੋਈ ਪੁੰਨ ਦਾ ਕੰਮ ਕੀਤਾ, ਨਾ ਕਿਸੇ ਗਰੀਬ ਦੀ ਮਦਦ ਕੀਤੀ, ਤੂੰ ਕੱਖ ਨਹੀਂ ਕੀਤਾ, ਸਿਰਫ ਆਪਦੇ ਬਾਰੇ ਸੋਚਿਆ, ਚਲੋ ਇਹਨੂੰ ਨਰਕਾਂ 'ਚ ਲੈ ਜਾਓ, ਇਹਨੂੰ ਕੜਾਇਆ ਜਿਹੜਾ ਤੇਲ ਦਾ ਉਬਲਦਾ ਉਹ ਚ ਸੁੱਟ ਦਿਓ। ਉਹ ਬੰਦਾ ਕਹਿੰਦਾ ਜੀ ਮੈਂ ਤਾਂ ਬਹੁਤ ਪੁੰਨ ਕੀਤਾ। ਉਹ ਕਹਿੰਦੇ ਕੀ ਕੀਤਾ? ਕਹਿੰਦਾ ਇੱਕ ਵਾਰੀ ਮੈਂ 2 ਰੁਪਏ ਮੰਗਤੀ ਨੂੰ ਦਿੱਤੇ, ਇੱਕ ਵਾਰੀ ਇੱਕ ਬੱਚਾ ਬੜਾ ਰੋਈ ਜਾਂਦਾ ਸੀ ਮੈਨੂੰ 1 ਰੁਪਇਆ ਦਿੱਤਾ, ਇੱਕ ਵਾਰੀ ਇੱਕ ਬੱਚਾ ਹੋਰ ਰੋਈ ਜਾਂਦਾ ਸੀਗਾ, ਇਹ 2 ਸਾਲ ਪੁਰਾਣੀ ਕਹਿੰਦਾ ਗੱਲ ਆ, ਉਹਨੂੰ ਮੈਂ 50 ਪੈਸੇ ਦਿੱਤੇ। ਅੱਛਾ ਜੀ, ਤੇ ਉੱਤੇ ਧਰਮਰਾਜ ਹੱਸਿਆ, ਕਹਿੰਦਾ ਵੀ ਇਹਦੇ 3.5 ਰੁਪਏ ਮੋੜੋ ਤੇ 4 ਮਾਰੋ ਇਹਦੇ 76 ਤੇ ਲੈ ਕੇ ਚਲੋ ਨਰਕ ਦੇ ਵਿੱਚ, ਇਹਨੂੰ ਇਹ 3.5 ਰੁਪਏ ਚ ਸਾਨੂੰ ਖਰੀਦਣ ਨੂੰ ਕਰਦਾ। ਗੱਲ ਤਾਂ ਸਹੀ ਹੈ ਫਿਰ, ਪਰ ਤੁਹਾਨੂੰ ਪੁੰਨ ਪਾਪ ਦੀ ਕਿੱਥੋਂ ਯਾਦ ਆ ਗਈ? ਦੇਖੋ, ਪੁੰਨ ਪਾਪ ਦੀ ਗੱਲ ਤਾਂ ਵੈਸੇ ਮੇਰੇ ਚੇਤੇ ਰਹਿੰਦੀ ਆ, ਮੈਂ ਕੋਈ ਬਾਹਲਾ ਅੰਨਾ ਧਾਰਮਿਕ ਆਸਥਾ ਵਾਲਾ ਇਨਸਾਨ ਨਹੀਂਗਾ ਜੀ, ਵੀ ਮੈਂ ਐਵੇਂ ਜਿੱਥੇ ਮਰਜ਼ੀ ਨੱਕ ਰਗੜਨ ਲੱਗ ਜਾ ਜੀ, ਮੈਂ ਸਮਝਣ ਦੀ ਕੋਸ਼ਿਸ਼ ਕਰਦਾ। ਦੇਖੋ, ਮਨੁੱਖ ਨੇ ਬਿਮਾਰ ਵੀ ਹੋਣਾ, ਕਈ ਲੋਕ ਇਹ ਗੱਲ ਕਹਿ ਦਿੰਦੇ ਆ ਫਲਾਣੇ ਦੀ ਕਿਸਮਤ ਤਾਂ ਮਾੜੀ ਸੀ ਉਹਨੇ ਐਂ ਨਹੀਂ ਕੀਤਾ। ਮੈਂ ਸੋਚਦਾ ਵੀ ਸਰੀਰ ਮਸ਼ੀਨ ਆ, ਇਸ ਮਸ਼ੀਨ ਨੇ ਖਰਾਬ ਹੋਣਾ ਹੀ ਹੋਣਾ, ਇਹ ਇੱਥੇ ਬੈਠੀ ਦੇ ਵਿੱਚ ਵੀ ਕਚਰਾ ਸਕਦਾ, ਤੁਰੇ ਫਿਰਦੇ ਦੇ ਵੀ ਆ ਸਕਦਾ, ਮਰਨਾ ਹੀ ਹੈ। ਇਸ ਕਰਕੇ ਮੈਂ ਕੋਈ ਬਾਹਲੀ ਇਹੋ ਜਿਹੀ ਨਹੀਂ ਰੱਖਦਾ ਸ਼ਰਧਾ, ਪਰ ਗੱਲ ਇਹ ਜ਼ਰੂਰ ਆ ਵੀ ਮਨੁੱਖ ਹੋਣ ਦਾ ਫਰਜ਼ ਜ਼ਰੂਰ ਅਦਾ ਕਰੋ। ਨਹੀਂ ਨਹੀਂ, ਉਹ ਤਾਂ ਠੀਕ ਆ, ਪਰ ਤੁਹਾਨੂੰ ਹੋ ਕੀ ਗਿਆ? ਉਦਾਂ ਹੀ ਮੈਂ ਬਸ ਭਾਵੁਕ ਜਿਹਾ ਸੀਗਾ, ਗੱਲ ਕਰਨ ਨੂੰ ਜੀ ਕਰਦਾ ਸੀਗਾ ਅੱਜ। ਨਹੀਂ, ਮੈਂ ਮੰਨ ਗਈ ਤੁਹਾਡੀ ਗੱਲ, ਪਰ ਇਹ ਇੱਕਦਮ ਇੰਨੀ ਤਬਦੀਲੀ, ਇੰਨਾ ਸੋਚ ਵਿਚਾਰ ਕੁਝ ਵਾਪਰਿਆ ਹੋਇਆ? ਨਹੀਂ ਨਹੀਂ, ਵਾਪਰਿਆ ਕੁਝ ਨਹੀਂਗਾ, ਉਹ ਤਾਂ ਵੈਸੇ ਹੀ ਮੈਂ ਨਹੀਂ, ਮੈਨੂੰ ਕਿਸੇ ਨੇ ਕੁਝ ਨਹੀਂ ਕਿਹਾ, ਮੈਂ ਤੁਹਾਨੂੰ ਚਲੋ ਇੱਕ ਖਬਰ ਦੀ ਸਾਂਝ ਪਾਉਣਾ।
ਉਹ ਕਹਿੰਦੇ ਜੀ ਤੈਨੂੰ ਹੈਗਾ ਕੈਂਸਰ, ਫੇਫੜਿਆਂ ਦਾ ਕੈਂਸਰ ਸੀਗਾ, ਟੀਬੀ ਸੀ, ਟੀਬੀ ਉਹਨੂੰ ਕਹਿੰਦੇ ਵੀ ਤੈਨੂੰ ਤਾਂ ਕੈਂਸਰ ਆ ਤੇ ਕੈਂਸਰ ਵੀ ਚੌਥੇ ਪੜਾਅ ਦੇ ਉੱਤੇ ਆ। ਉਹ ਵਿਚਾਰਾ ਸਾਰੀਆਂ ਰਿਪੋਰਟਾਂ ਲੈ ਕੇ ਹਸਪਤਾਲ ਦੇ ਵਿੱਚ ਚਲਾ ਗਿਆ। ਅੱਛਾ, ਇਹ ਗੱਲ ਹੈਗੀ 5 ਸਾਲ ਪੁਰਾਣੀ। ਉਹ ਜਦੋਂ ਹਸਪਤਾਲ 'ਚ ਚਲਾ ਗਿਆ ਤੇ ਉਹਨਾਂ ਨੇ ਜੀ ਕੀਮੋਥੈਰੇਪੀ ਸ਼ੁਰੂ ਕਰਤੀ, ਉਹਦੀਆਂ 3 ਕੀਮੋਥੈਰੇਪੀ ਕਰਤੀਆਂ। ਅੱਛਾ ਜੀ। ਉਹ ਵਿਚਾਰਾ ਸੁੱਕ ਕੇ ਤਾਂਬੜ ਵਰਗਾ ਬਣ ਗਿਆ, ਉਹਦੇ ਸਰੀਰ ਦੇ ਸਾਰੇ ਵਾਲ ਝੜ ਗਏ, ਕੋਈ ਵਾਲ ਨਹੀਂ ਰਿਹਾ। ਪਰ ਬਾਅਦ ਦੇ ਵਿੱਚ ਜਦੋਂ ਕਿਸੇ ਹੋਰ ਡਾਕਟਰ ਤੋਂ ਪੁੱਛਿਆ, ਉਹ ਕਹਿੰਦੇ ਵੀ ਤੈਨੂੰ ਤਾਂ ਟੀਬੀ ਆ, ਤੇਰੀ ਤਾਂ ਐਵੇਂ ਕੀਮੋਥੈਰੇਪੀ ਕਰੀ ਗਏ। ਉਸ ਤੋਂ ਬਾਅਦ ਇਸ ਬੰਦੇ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ। ਹੁਣ ਉਸ ਲੈਬੋਰਟਰੀ ਵਾਲਿਆਂ ਨੂੰ ਤੇ ਜਿਨ੍ਹਾਂ ਨੇ ਇਲਾਜ ਕੀਤਾ ਸੀਗਾ ਗਲਤ, ਉਹਨਾਂ ਨੂੰ 2 ਲੱਖ ਰੁਪਏ ਦਾ ਮਾਣਯੋਗ ਜੱਜ ਸਾਹਿਬਾਨ ਦੇ ਵੱਲੋਂ, ਜੋ ਉੱਥੇ ਨਿਆਂ ਦੇਣ ਵਾਲੇ ਆ, ਉਹਨਾਂ ਦੇ ਵੱਲੋਂ ਜੁਰਮਾਨਾ ਉਹਨਾਂ ਨੂੰ ਕੀਤਾ ਗਿਆ ਤੇ ਇਹਨੂੰ ਦੇਣ ਵਾਸਤੇ ਗੱਲ ਕਹੀ ਗਈ ਹੈ। ਨਹੀਂ ਪਰ ਇਹ ਕਿੰਨੀ ਅਜੀਬ ਗੱਲ ਆ, ਤੁਸੀਂ ਕਿਸੇ ਦੀ ਜ਼ਿੰਦਗੀ ਨਾਲ ਇੰਨੀ ਛੇਤੀ ਕਿਵੇਂ ਖੇਡ ਸਕਦੇ ਹੋ? ਤੇ ਜ਼ਿੰਦਗੀ ਨਾਲ ਹੀ ਖੇਡਿਆ ਜਾਂਦਾ। ਅੱਗੇ ਅਸੀਂ ਕਹਿੰਦੇ ਹੁੰਦੇ ਸੀ ਕਿ ਡਾਕਟਰ ਰੱਬ ਹੁੰਦੇ ਆ, ਹੁਣ ਕੋਈ ਰੱਬ ਰੂਬ ਨਹੀਂਗਾ। ਟਹਿਣਾ ਸਾਹਿਬ, ਪਿੱਛੇ ਜੇ ਤੁਹਾਨੂੰ ਗੱਲ ਚੇਤੇ ਹੋਏਗੀ ਵੀ ਕੁੜੀ ਇੱਕ ਸ਼ਿਮਲਾ ਦੇ ਵਿੱਚ, ਉਹਦੇ ਬੱਚਾ ਹੋਣ ਵਾਲਾ ਸੀ ਤੇ ਬੱਚਾ ਹੋਣ ਤੋਂ ਪਹਿਲਾਂ ਜਦੋਂ ਉਹਦੇ ਸਾਰੇ ਟੈਸਟ ਕੀਤੇ ਗਏ ਤੇ ਡਾਕਟਰਾਂ ਨੇ ਕਹਿ ਦਿੱਤਾ ਜੀ ਕਿ ਇਹਨੂੰ ਤਾਂ HIV ਏਡਸ ਆ। ਉਸ ਤੋਂ ਬਾਅਦ ਤੁਹਾਨੂੰ ਪਤਾ ਵੀ ਸਾਡੇ ਲੋਕਾਂ ਦੇ ਜ਼ਹਿਨ ਦੇ ਵਿੱਚ ਏਡਸ ਨੂੰ ਲੈ ਕੇ ਕੀ ਧਾਰਨਾਵਾਂ ਨੇ, ਹਨਾ, ਲੋਕਾਂ ਨੇ ਉਹਨੂੰ ਸਵਾਲ ਕਰਨੇ ਸ਼ੁਰੂ ਕਰ ਦਿੱਤੇ, ਜਿਸ ਤੋਂ ਬਾਅਦ ਉਹ ਕੁੜੀ ਸੁਣਨ ਤੋਂ ਬਾਅਦ ਕਿ ਮੈਨੂੰ ਏਡਸ ਹੋ ਗਈ, ਉਹ ਕੋਮਾ 'ਚ ਚਲੀ ਗਈ, ਜਿਸ ਤੋਂ ਬਾਅਦ ਉਸ ਕੁੜੀ ਦੀ ਮੌਤ ਹੋ ਗਈ। ਤੇ ਜਦ ਬਾਅਦ ਵਿੱਚ ਦੂਸਰੀਆਂ ਰਿਪੋਰਟਾਂ ਆਈਆਂ, ਦੂਸਰੇ ਹਸਪਤਾਲਾਂ ਤੋਂ ਵੀ ਇਹਨਾਂ ਨੇ ਟੈਸਟ ਕਰਾਏ ਸੀ, ਉੱਥੋਂ ਰਿਪੋਰਟਾਂ ਆਈਆਂ ਤਾਂ ਪਤਾ ਲੱਗਿਆ ਉਹਨੂੰ ਏਡਸ ਸੀ ਹੀ ਨਹੀਂ। ਇਹ ਸਾਡੇ ਅੱਜ ਦੇ ਰੱਬ ਆ, ਜਿਨ੍ਹਾਂ ਨੂੰ ਅਸੀਂ ਡਾਕਟਰ ਕਹਿੰਦੇ ਹਾਂ ਨਾ ਜੀ। ਤੇ ਮੈਨੂੰ ਤਾਂ ਇਉਂ ਸੋਚ ਕੇ ਦੁੱਖ ਹੋਈ ਜਾਂਦਾ ਵੀ ਜਿਹੜੇ ਬੰਦੇ ਨੂੰ ਦੱਸ ਦੇ ਗਏ ਵੀ ਭਾਈ ਤੈਨੂੰ ਕੈਂਸਰ ਆ, ਉਹ ਤਾਂ ਬੰਦਾ ਵੈਸੇ ਹੀ ਮਰ ਜਾਂਦਾ ਜਿਉਂਦਾ ਜਾਗਦਾ ਹੀ। ਸੱਚੀ ਗੱਲ ਹੈ, ਜਿਹਨੇ 2 ਸਾਲ ਕੱਟੜੇ ਹੁੰਦੇ ਆ ਬੰਦਾ ਵੈਸੇ ਹੀ 6 ਮਹੀਨੇ ਜਾਂ ਸਾਲ ਕੱਟਦਾ, ਉਹਨੂੰ ਝੋਰਾ ਇਹੋ ਜਿਹਾ ਲੱਗ ਜਾਂਦਾ ਵੀ ਮੇਰੇ ਤਾਂ ਦਿਨ ਨੇੜੇ ਹੀ ਆ ਗਏ ਆ। ਸੋ ਇਹ ਡਾਕਟਰਾਂ ਦੀ ਇੰਨੀ ਵੱਡੀ ਗਲਤੀ ਨਹੀਂ, ਇਹ ਗੁਨਾਹ। ਤੁਸੀਂ ਵੇਖੋ ਕੀਮੋਥੈਰੇਪੀ ਨੇ ਉਹਦੇ ਸਰੀਰ ਦੇ ਉੱਪਰ ਕਿੰਨਾ ਮਾੜਾ ਪ੍ਰਭਾਵ ਛੱਡਿਆ ਹੋਵੇਗਾ, ਪਰ ਉਹਦੀ ਭਰਪਾਈ ਕੋਈ ਵੀ ਨਹੀਂ ਕਰ ਸਕਦਾ, ਇਹ ਪੈਸੇ ਵੀ ਨਹੀਂ ਕਰ ਸਕਦੇ। ਸਹੀ ਗੱਲ ਹੈ। ਮੈਂ ਸਭ ਸਵੇਰੇ ਸਵੇਰੇ ਮੈਂ ਇੱਕ ਖਬਰ ਸੋਸ਼ਲ ਮੀਡੀਆ ਦੇ ਉੱਪਰ ਪੜ੍ਹੀ, ਜਿਹਨੂੰ ਪੜ੍ਹਨ ਤੋਂ ਬਾਅਦ ਮੈਨੂੰ ਬਹੁਤ ਜ਼ਿਆਦਾ ਦੁੱਖ ਹੋਇਆ। ਅੱਛਾ ਜੀ। ਦੇਖੋ ਬੰਦਾ, ਜੇਕਰ ਮੌਜੂਦਾ ਪੰਜਾਬ ਦੀ ਆਪਾਂ ਗੱਲ ਕਰੀਏ, ਪੰਜਾਬ ਦੇ ਹਾਲਾਤਾਂ ਦੀ ਗੱਲ ਕਰੀਏ ਜਾਂ ਭਾਰਤ ਦੇ ਹਾਲਾਤਾਂ ਦੀ ਗੱਲ ਕਰੀਏ, ਤਾਂ ਇਸ ਵੇਲੇ ਜ਼ਿਆਦਾਤਰ ਜਿਹੜੇ ਬੱਚੇ ਨੇ, ਨੌਜਵਾਨ ਨੇ, ਉਹ ਇਹੀ ਸੋਚੀ ਬੈਠੇ ਨੇ ਵੀ ਕਿਸੇ ਤਰੀਕੇ ਜੇਕਰ ਸਾਡਾ ਵਸ ਚੱਲੇ ਤਾਂ ਅਸੀਂ ਇੱਥੋਂ ਬਾਹਰ ਉਡਾਰੀ ਮਾਰ ਜਾਈਏ। ਬਹੁਤ ਸਾਰੇ ਲੋਕ ਇਹਦੇ 'ਚ ਕਾਮਯਾਬ ਵੀ ਹੁੰਦੇ ਨੇ, ਪਰ ਉਦੋਂ ਬੇਹੱਦ ਦੁੱਖ ਹੁੰਦਾ ਜਦੋਂ ਜਿਹੜੇ ਕਾਮਯਾਬ ਹੋ ਜਾਂਦੇ ਨੇ ਉਹ ਕੁਛ ਕੁ ਲੋਕ ਜਿਹੜੇ ਨੇ ਉਹ ਸਾਰਿਆਂ ਨੂੰ ਬਦਨਾਮ ਕਰਦੇ ਨੇ ਤੇ ਉੱਥੇ ਜਾ ਕੇ ਹੱਥ ਆਇਆ ਹੋਇਆ ਮੌਕਾ ਗਵਾ ਦਿੰਦੇ ਨੇ। ਦੇਖੋ ਪਹਿਲੀ ਗੱਲ ਤਾਂ ਹਰਮਨ ਜੀ ਇਹ ਆ ਕਿ ਅਸੀਂ ਜਿੱਥੇ ਵੀ ਜਾ ਕੇ ਨਵਾਂ ਪੰਜਾਬ ਵਸਾਉਂਦੇ ਹਾਂ, ਉਹ ਨਵੀਂ ਥਾਂ ਦੇ ਉੱਤੇ ਵੀ ਤਾਂ ਅਸੀਂ ਉਹੀ ਮਾੜੀਆਂ ਆਦਤਾਂ ਲੈ ਕੇ ਜਾਂਦੇ ਜਿਹੜੀਆਂ ਸਾਨੂੰ ਇੱਥੇ ਹੁੰਦੀਆਂ। ਬਿਲਕੁਲ ਸਹੀ। ਇਹਦਾ ਮਤਲਬ ਇਹ ਤਾਂ ਹੈ ਨਹੀਂ ਵੀ ਜਦੋਂ ਅਸੀਂ ਦਿੱਲੀ ਏਅਰਪੋਰਟ ਦੇ ਉੱਤੇ ਪਹੁੰਚੇ ਤਾਂ ਅਸੀਂ ਬਿਲਕੁਲ ਧਰਮਾਤਮਾ ਬਣ ਗਏ, ਸਾਡੇ ਵਿੱਚ ਕੋਈ ਐਬ ਨਹੀਂ ਰਿਹਾ, ਅਸੀਂ ਮਾੜਿਆਂ ਤੋਂ ਬਿਲਕੁਲ ਚੰਗੇ ਹੋ ਗਏ। ਮਾੜੇ ਨੇ ਮਾੜਾ ਹੀ ਰਹਿਣਾ, ਭਾਵੇਂ ਉਹਨੂੰ ਕੈਨੇਡਾ ਲੈ ਜਾਓ, ਭਾਵੇਂ ਨਿਊਜ਼ੀਲੈਂਡ ਲੈ ਜਾਓ, ਭਾਵੇਂ ਇੰਗਲੈਂਡ ਲੈ ਜਾਓ, ਭਾਵੇਂ ਕਿਤੇ ਹੋਰ, ਪਰ ਉਸ ਤੋਂ ਅਗਲੀ ਗੱਲ ਇਹ ਹੈ ਵੀ ਜਦੋਂ ਮਾਪਿਆਂ ਨੇ ਸੁਪਨੇ ਪਾਲੇ ਹੋਣ ਜੀ, ਜਦੋਂ ਮਾਪਿਆਂ ਨੇ ਆਪਣੀਆਂ ਜ਼ਮੀਨਾਂ ਗਹਿਣੇ ਕੀਤੀਆਂ ਹੋਣ, ਜਦੋਂ ਮਾਪਿਆਂ ਨੇ ਜ਼ਮੀਨ ਵੇਚੀ ਹੋਵੇ, ਸ਼ਾਹੂਕਾਰ ਤੋਂ ਵਿਆਜ ਦੇ ਉੱਤੇ ਪੈਸੇ ਫੜੇ ਹੋਣ, ਬੈਂਕ ਤੋਂ ਕਰਜ਼ਾ ਲਿਆ ਹੋਵੇ, ਉਸ ਵਕਤ ਤਾਂ ਇਹਨਾਂ ਬੱਚਿਆਂ ਦਾ, ਇਹਨਾਂ ਵਿਦਿਆਰਥੀਆਂ ਦਾ ਫਰਜ਼ ਬਣਦਾ ਵੀ ਦਿਨ ਰਾਤ ਮਿਹਨਤ ਕਰਨ, ਆਪਣੀ ਪੜ੍ਹਾਈ ਕਰਨ ਤੇ ਅੱਗੇ ਵਧਣ ਤੇ ਨਾਂ ਚਮਕਾਉਣ, ਆਪਣੇ ਮਾਪਿਆਂ ਦਾ ਵੀ ਤੇ ਆਪਦਾ ਵੀ ਤੇ ਸਾਰੇ ਕਰਜ਼ੇ ਲਾ ਦੇਣ। ਸਾਰੇ ਵਿਦਿਆਰਥੀ ਮਾੜੇ ਨਹੀਂ, ਪਰ ਕੁਝ ਕੁ ਵਿਦਿਆਰਥੀਆਂ ਦੀਆਂ ਕਰਤੂਤਾਂ ਕੁਝ ਕੁ ਸਮੇਂ ਬਾਅਦ ਇਹੋ ਜਿਹੀਆਂ ਉੱਗੜ ਕੇ ਸਾਹਮਣੇ ਆਉਂਦੀਆਂ ਵੀ ਸਾਰੇ ਵਿਦਿਆਰਥੀਆਂ ਨੂੰ ਜੋ ਕੈਨੇਡਾ ਦੇ ਵਿੱਚ ਜਾਂ ਹੋਰ ਵੱਖ ਵੱਖ ਥਾਵਾਂ ਦੇ ਉੱਤੇ ਲੋਕ ਵਸਦੇ ਚਿਰਾਂ ਪੁਰਾਣੇ, ਉਹ ਸ਼ੱਕ ਦੀ ਨਿਗਾਹ ਨਾਲ ਵੇਖਣ ਲੱਗ ਪੈਂਦੇ। ਬਿਲਕੁਲ ਸਹੀ। ਮੇਰੇ ਸਾਹਮਣੇ 5-7 ਵੀਡੀਓ ਆਈਆਂ ਪਿਛਲੇ ਕੁਝ ਕੁ ਸਮੇਂ 'ਚ, ਕਿਤੇ ਪੈਟਰੋਲ ਪੰਪ ਦੇ ਉੱਤੇ ਵਿਦਿਆਰਥੀ ਇੱਕ ਦੂਜੇ ਨਾਲ ਲੜੀ ਜਾਂਦੇ ਆ, ਕਿਤੇ ਚੀਕਾਂ ਮਾਰੀ ਜਾਂਦੇ ਆ, ਕਿਤੇ ਬਹੁਤ ਉੱਚੀ ਆਵਾਜ਼ ਦੇ ਵਿੱਚ ਗੱਡੀ ਦੇ ਵਿੱਚ ਡੈਕ ਲਾ ਕੇ ਤੇ ਭੰਗੜੇ ਪਾਈ ਜਾਂਦੇ ਆ, ਜਿਹੜੇ ਉੱਥੋਂ ਦੇ ਲੋਕ ਆ ਉਹ ਥੋੜੇ ਜਿਹੇ ਪਰੇਸ਼ਾਨੀ ਮਹਿਸੂਸ ਕਰਦੇ ਆ। ਦੇਖੋ ਪਰੇਸ਼ਾਨੀ ਹੋਣੀ ਲਾਜ਼ਮੀ ਵੀ ਹੈ, ਆਪਾਂ ਹਮੇਸ਼ਾ ਕਹਿੰਦੇ ਆ ਵੀ ਉਹ ਮੁਲਕ, ਜੇ ਕੈਨੇਡਾ ਦੀ ਇਕੱਲੇ ਦੀ ਵੀ ਆਪਾਂ ਗੱਲ ਕਰੀਏ ਜਾਂ ਹੋਰ ਵੀ ਕਿਸੇ ਬਾਹਰਲੇ ਮੁਲਕ ਦੀ ਗੱਲ ਕਰੀਏ, ਆਪਾਂ ਕਹਿੰਦੇ ਸਵਰਗਾਂ ਵਰਗੇ ਨੇ, ਉੱਥੇ ਪ੍ਰਦੂਸ਼ਣ ਨਹੀਂ ਆ, ਸਭ ਕੁਝ ਸਾਫ ਸੁਥਰਾ, ਹਨਾ, ਸਾਰਾ ਕੁਝ ਬਹੁਤ ਵਧੀਆ, ਉੱਥੇ ਸ਼ਾਂਤੀ ਆ, ਉੱਥੇ ਜ਼ਿੰਦਗੀ ਜਿਉਣ ਦਾ ਅਸਲ ਅਧਿਕਾਰ ਆ ਜੀ, ਤੇ ਆਪਾਂ ਫਿਰ ਉਹਨਾਂ ਚੀਜ਼ਾਂ ਨੂੰ ਰਹਿਣ ਦਈਏ ਨਾ। ਜੇ ਤੁਸੀਂ ਉੱਥੇ ਜਾ ਕੇ ਆ ਕੁਝ ਕਰਨਾ, ਫਿਰ ਤੁਸੀਂ ਇੱਥੇ ਰਹਿ ਕੇ ਆ ਕੁਝ ਕਰੀ ਜਾਂਦੇ ਆ। ਪਿੱਛੇ ਜੇ ਇੱਕ ਵੀਡੀਓ ਵੇਖੀ, ਮੈਨੂੰ ਉਹ ਵੇਖ ਕੇ ਇੰਨੀ ਜ਼ਿਆਦਾ ਸ਼ਰਮਿੰਦਗੀ ਮਹਿਸੂਸ ਹੋਈ ਕਿ ਉਹ ਦੀਵਾਲੀ ਦੇ ਨੇੜੇ ਤੇੜੇ ਦੀ ਵੀਡੀਓ ਸੀ ਤੇ ਇੱਕ ਸਰਦਾਰ ਮੁੰਡਾ ਉਹ ਗੋਡਿਆਂ ਪਰ ਨਹੀਂ ਬੈਠਾ ਹੈ ਤੇ ਆਪਣੀ ਪੱਗ ਦੇ ਉੱਪਰ ਅਨਾਰ ਰੱਖ ਕੇ ਉਹ ਚਲਾ ਰਿਹਾ ਹੈ। ਕਿਹੜੀ ਸਿਆਣਪ ਦੀ ਗੱਲ ਆ, ਮੈਨੂੰ ਇਹ ਦੱਸੋ, ਇਹ ਕਿਹੜੀ ਸਰਦਾਰੀ ਆ ਤੇ ਇਹ ਕਿਹੜੀ ਸਿਆਣਪ ਆ ਤੇ ਕਿਹੜੇ ਤੁਸੀਂ ਬੁੱਧੀਜੀਵੀ ਹੋ ਤੇ ਕਿਹੜੀ ਤੁਸੀਂ ਆਪਦੀ ਬੱਲੇ ਬੱਲੇ ਦਿਖਾਉਣੀ ਚਾਹੁੰਦੇ ਹੋ ਵੀ ਅਸੀਂ ਤਾਂ ਡਰਦੇ ਹੀ ਨਹੀਂ, ਇਸ ਦਾ ਲੀਡਰ ਬਹੁਤ ਹੋਣੇ ਆ। ਕੁਛ ਕਰਨ ਨੂੰ ਭੇਜਿਆ ਤੁਹਾਨੂੰ? ਦੇਖੋ ਸਭ ਤੋਂ ਵੱਡੀ ਚੀਜ਼ ਇਹ ਆ, ਜਦੋਂ ਕੋਈ ਵੀ ਇੱਕ ਵਿਦਿਆਰਥੀ ਇਸ ਮੁਲਕ ਤੋਂ ਉਸ ਮੁਲਕ ਵੱਲ ਨੂੰ
बाद साडी जिम्मेवारी बनती है भी जे असीं बाहर आए असीं अपने मापिया का तो सोचिए ही नाल दी नाल ये भी जिम्मेवारी नाल लैके जाइए भी साडे तो बाद जिहड़े सुपना वेखी बैठे ने उत्थे उन्होंने भी आना तो असीं उन्होंने राह ना बंद करिए। हरमन जी एक होर गल इहदे विच बड़ी महत्वपूर्ण है जी, जदों भी इहो जिहे विद्यार्थियों के बारे कोई टिप्पणी हुंदी है सोशल मीडिया के उत्ते कुछ कु लोक वकालत करन आ जांदे जी, तुसीं एवें माड़ा कहिंदे हो ਵਿਦਿਆਰਥੀਆਂ ਦੇ ਉੱਤੇ ਲੱਗਦੇ ਹੋ ਐਦਾਂ ਹੋ ਫਲਾਂ ਹੋ ਇਹ ਜਿਹੜਾ ਵੀ ਬੰਦਾ ਟਿੱਪਣੀ ਕਰਦਾ ਉਹਦੇ ਬਾਬਤ ਕੁਝ ਕੁ ਲੋਕ ਇਹੋ ਜਿਹੀਆਂ ਪੇਸ਼ਕਾਰੀਆਂ ਕਰਦੇ ਆ ਜੀ, ਪਰ ਤੁਸੀਂ ਵੀ ਉਹਨਾਂ ਨੂੰ ਮਾੜਾ ਕਿਹਾ ਕਰੋ, ਤੁਸੀਂ ਵੀ ਇਹ ਗੱਲ ਲਿਖਿਆ ਕਰੋ, ਵਕਾਲਤ ਨਹੀਂ ਕਰਨੀ, ਗਲਤ ਨੂੰ ਗਲਤ ਕਹਿਣ ਦੀ ਆਦਤ ਪਾਓ ਜੀ, ਤੁਸੀਂ ਕਹੋ ਵੀ ਭਾਈ ਕੁਝ ਕੁ ਵਿਦਿਆਰਥੀਆਂ ਨੇ ਇੱਥੇ ਸਾਰੇ ਬੈਠੇ ਹੋਏ ਲੋਕਾਂ ਦਾ ਸੱਤਿਆਨਾਸ਼ ਕੀਤਾ ਪਿਆ, ਬਿਲਕੁਲ ਸਹੀ, ਸਾਰੇ ਲੋਕਾਂ ਦਾ ਅਕਸ ਖਰਾਬ ਕੀਤਾ ਪਿਆ, ਇਹਨਾਂ ਲੋਕਾਂ ਨੂੰ ਵਾਪਸ ਪੰਜਾਬ ਦੇ ਵਿੱਚ ਭੇਜਿਆ ਜਾਵੇ ਜੀ, ਜਾਂ ਇਹਨਾਂ ਲੋਕਾਂ ਦੇ ਉੱਤੇ ਬਣਦੀ ਉੱਥੇ ਕਾਨੂੰਨੀ ਵਿਭਾਗੀ ਕਾਰਵਾਈ ਕੀਤੀ ਜਾਵੇ ਪੁਲਿਸ ਦੇ ਵੱਲੋਂ, ਤੇ ਕੁਝ ਕੁ ਲੋਕਾਂ ਨੂੰ ਕੁਝ ਕੁ ਵਿਦਿਆਰਥੀਆਂ ਨੂੰ ਵਾਪਸ ਭੇਜ ਦਿੱਤਾ ਗਿਆ ਜਿਹਨੂੰ ਰਿਪੋਰਟ ਕਹਿੰਦੇ ਆ, ਕੁਝ ਕੁ ਨੂੰ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜੇ ਅਸੀਂ ਆਹੀ ਹਰਕਤਾਂ ਨਾ ਛੱਡੀਆਂ ਇਹ ਹਰਕਤਾਂ ਕਰਦੇ ਰਹੇ ਤੇ ਫਿਰ ਉੱਥੋਂ ਦੀ ਸਰਕਾਰ ਨੇ ਵੀ ਕੋਈ ਨਾ ਕੋਈ ਫੈਸਲਾ ਲੈਣਾ ਵੀ ਭਾਈ ਅਸੀਂ ਇੱਥੇ ਆ ਕੁਝ ਥੋੜੀ ਕਰਾਉਣਾ। ਬਹੁਤ ਸਾਰੇ ਮੁਲਕ ਇਹੋ ਜਿਹੇ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਸਖਤੀ ਵਰਤ ਲਈ ਆ ਤੇ ਉਧਰ ਨੂੰ ਦੇਖਣਾ ਵੀ ਹੁਣ ਔਖਾ ਲੱਗ ਰਿਹਾ ਤੇ ਜਲਦੀ ਹੋਈ ਇਹ ਦਿਨ ਕੈਨੇਡਾ ਤੇ ਵੀ ਆ ਜਾਣਗੇ। ਇਸ ਕਰਕੇ ਭਾਈ ਕੈਨੇਡਾ ਦੇ ਵਿੱਚ ਮਾਹੌਲ ਬਿਲਕੁਲ ਸ਼ਾਂਤ ਰੱਖੋ, ਪੜ੍ਹਨ ਗਏ ਹੋ ਸਿਰਫ ਪੜ੍ਹੋ, ਆਪਦਾ ਤੁਸੀਂ ਚਲੋ ਮੌਜ ਮਸਤੀ ਵੀ ਕਰੋ, ਤੁਸੀਂ ਵਿਦਿਆਰਥੀ ਜੀਵਨ ਦੇ ਵਿੱਚੋਂ ਜਵਾਨੀ ਦੇ ਵਿੱਚੋਂ, ਪਰ ਹੁੱਲੜਬਾਜ਼ੀ ਤੋਂ ਬਚਾ ਕਰੋ ਤੇ ਤੁਸੀਂ ਗੁੰਡਾਗਰਦੀ ਬਦਮਾਸ਼ੀ ਤੋਂ ਪਰੇ ਰਹੋ, ਕਿਨਾਰਾਕਸ਼ੀ ਕਰੋ। ਇਸ ਕਰਕੇ ਆਪਦਾ ਤੇ ਆਪਦੇ ਮਾਪਿਆਂ ਬਾਰੇ ਸੋਚੋ। ਬਿਲਕੁਲ ਸਹੀ। ਹਰਮਨ ਜੀ ਈਮੋਜੀ ਦੇ ਬਾਰੇ ਨਾ ਮੈਨੂੰ ਥੋੜਾ ਕੁ ਸਮਾਂ ਪਹਿਲਾਂ ਪਤਾ ਲੱਗਾ ਜੀ, ਈਮੋਜੀ ਉਹ ਜਿਹੜਾ ਜਿਹਨੂੰ ਬਲਸ਼ਿੰਗ ਕਰਦਾ ਗੱਲਾਂ ਲਾਲ ਹੋ ਜਾਂਦੀਆਂ ਜਿਹੜੀਆਂ ਉਹ ਕਾਰਟੂਨ ਜਾਂ ਭੇਜਦੇ ਆ ਜੀ, ਇੱਕ ਜਿਹੜੀ ਗੱਲ ਤੇ ਮਿੱਠੀ ਜੀ ਹੁੰਦੀ ਆ ਉਹ ਭੇਜਦੇ ਆ, ਇੱਕ ਦੀਆਂ ਅੱਖਾਂ ਦੇ ਵਿੱਚੋਂ ਦਿਲ ਨਿਕਲਦਾ ਹੁੰਦਾ ਉਹ ਭੇਜਦੇ ਆ, ਇੱਕ ਹੱਥ ਜੋੜੀ ਬੈਠਾ ਏ ਉਹ ਭੇਜਦੇ ਆ, ਇਹ ਈਮੋਜੀ ਨਹੀਂ ਹੱਥ ਜੋੜੀ ਬੈਠਾ ਨਹੀਂ ਹੁੰਦਾ, ਇਕੱਲੇ ਹੱਥ ਹੀ ਹੁੰਦੇ ਜੁੜੇ ਹੋਏ, ਕਿਸੇ ਦੇ ਤਾਂ ਹੋਣਗੇ ਇਹ ਇਕੱਲੇ ਹੱਥ ਹੀ ਜੰਮੇ। ਮੈਨੂੰ ਤਾਂ ਹੁਣ ਪਤਾ ਲੱਗਿਆ ਟਹਿਣਾ ਸਾਹਿਬ ਵੀ ਜਿਹੜੇ ਉਹ ਦੋ ਹੱਥ ਜੁੜੇ ਹੋਏ ਹੁੰਦੇ ਉਹ ਹਾਈ ਫਾਈ ਹੁੰਦਾ। ਹਾਈ ਫਾਈ ਕੀ ਮਤਲਬ? ਹਾਈ ਫਾਈ ਆਪਾਂ ਕਹਿੰਦੇ ਨਹੀਂ ਹਾਈ ਫਾਈ, ਇਹ ਏਦਾਂ ਹਾਈ ਫਾਈ, ਹਾਈ ਫਾਈ ਮਾਰੋ, ਹਾਈ ਫਾਈ ਹਾਈ ਫਾਈ, ਹਾਂ ਥੋੜਾ ਭਲਾ ਹੋ ਜੇ, ਇਹ ਅੱਜ ਨਵੀਂ ਗੱਲ ਸਿੱਖੀ ਆ, ਹਾਈ ਫਾਈਵ, ਇਹ ਹਾਈ ਫਾਈਵ ਹੁੰਦਾ, ਪਰ ਆਪਾਂ ਨੂੰ ਐ ਲੱਗਦਾ ਵੀ ਉਹ ਸਤਿ ਸ਼੍ਰੀ ਅਕਾਲ ਜਾਂ ਨਮਸਤੇ ਬੁਲਾਉਂਦਾ ਪਿਆ ਹਨਾ, ਜਾਂ ਹੱਥ ਜੋੜਦਾ ਪਿਆ, ਇਦਾਂ ਨਹੀਂ ਹਾਈ ਫਾਈ ਹੁੰਦਾ। ਚਲੋ ਜੋ ਵੀ ਹੁੰਦਾ, ਕਹਿਣ ਦਾ ਭਾਵ ਇਹ ਹੈ ਕਿ ਹੁਣ ਇਹਦਾ ਬਹੁਤ ਰਿਵਾਜ ਤੁਰ ਪਿਆ ਜੀ, ਲੋਕਾਂ ਨੂੰ ਬੜੀ ਆਦਤ ਪੈ ਗਈ, ਇਹਦਾ ਇੱਕ ਫਾਇਦਾ ਮੰਨਿਆ ਜਾ ਰਿਹਾ ਕਿ ਵਕਤ ਬਚਦਾ ਜੀ, ਤੁਹਾਨੂੰ ਬਹੁਤੇ ਸ਼ਬਦ ਨਹੀਂ ਲਿਖਣੇ ਪੈਂਦੇ, ਪਰ ਇਹਦਾ ਇੱਕ ਨੁਕਸਾਨ ਇਹ ਹੈ ਵੀ ਸਾਡੇ ਸ਼ਬਦਾਂ ਦੀ ਬਹੁਤਾਤ ਖਤਮ ਹੋ ਰਹੀ ਹੈ, ਜਿਹੜੀ ਗੱਲ ਅਸੀਂ ਪ੍ਰਗਟਾਵੇ ਦੇ ਰੂਪ ਦੇ ਵਿੱਚ ਕਹਿਣੀ ਸਤਿ ਸ਼੍ਰੀ ਅਕਾਲ ਜੀ ਉੱਥੇ ਜੁੜੇ ਹੋਏ ਹੱਥ ਭੇਜ ਦਿੰਦੇ ਹਾਂ, ਜਦੋਂ ਅਸੀਂ ਕਹਿੰਦੇ ਮੈਂ ਤਾਂ ਬਹੁਤ ਉਦਾਸਿਆ ਹੋਇਆ ਹਾਂ ਉੱਥੇ ਗਲੇਡੂ ਡਿੱਗ ਦੀ ਫੋਟੋ ਭੇਜ ਦਿੰਦੇ ਹਾਂ, ਜਦੋਂ ਅਸੀਂ ਕਹਿ ਦਿੰਦੇ ਮੈਂ ਖੁਸ਼ੀ ਦੇ ਵਿੱਚ ਲਾਲੋ ਲਾਲ ਹੋ ਗਿਆ ਟਮਾਟਰ ਵਰਗਾ ਹੋ ਗਿਆ, ਉਦੋਂ ਤੁਸੀਂ ਬਲਸ਼ਿੰਗ ਕਰਦਾ ਕਾਰਟੂਨ ਭੇਜ ਦਿੰਦੇ ਹਾਂ, ਇਦਾਂ ਦੀਆਂ ਗੱਲਾਂ ਜਿਹੜੀਆਂ ਉਹ ਸਾਡੀ ਭਾਸ਼ਾ ਦਾ ਨੁਕਸਾਨ ਵੀ ਕਰ ਰਹੀਆਂ। ਬਿਲਕੁਲ ਸਹੀ, ਪਰ ਹੁਣ ਤਾਂ ਕਹਿੰਦੇ ਇਹਨਾਂ ਦੇ ਲਈ ਤੁਹਾਨੂੰ ਪੂਰੀ ਕੀ ਕਹਿੰਦੇ ਹੁੰਦੇ ਆ ਪੜ੍ਹਾਈ ਲਿਖਾਈ ਵੀ ਹੋਊਗੀ, ਇਹਦੀ ਇਮੋਜੀਜ਼ ਦੀ ਪੜ੍ਹਾਈ ਲਿਖਾਈ ਦੇ ਲਈ ਤਿਆਰੀ ਹੋ ਗਈ ਆ ਬ੍ਰਿਟੇਨ ਦੀਆਂ ਯੂਨੀਵਰਸਿਟੀਆਂ 'ਚ ਜੀ, ਬ੍ਰਿਟੇਨ ਦੀਆਂ ਯੂਨੀਵਰਸਿਟੀਆਂ ਨੇ ਕਿੰਗਸ ਕਾਲਜ, ਐਡਨਬਰਗ ਤੇ ਕਾਰਡਿਫ ਵਰਗੇ ਹੋਰ ਬਹੁਤ ਸਾਰੇ ਕਹਿੰਦੇ ਵੀ ਯੂਨੀਵਰਸਿਟੀਜ਼ ਕਾਲਜਸ ਨੇ ਜਿੱਥੇ ਹੁਣ ਇਮੋਜੀਜ਼ ਨੂੰ ਲੈ ਕੇ ਪੜ੍ਹਾਈ ਲਿਖਾਈ ਹੋਊਗੀ ਵੀ ਕਿਹੜਾ ਇਮੋਜੀ ਕਿਵੇਂ ਹੈ, ਕਿਹੜਾ ਇਮੋਜੀ ਕੀ ਅਹਿਮੀਅਤ ਹੈ ਜੀ, ਇਹ ਸਾਰੀ ਪੜ੍ਹਾਈ ਹੋਊਗੀ। ਹੁਣ ਦੇਖੋ ਮੈਂ ਤਾਂ ਇਹ ਸੋਚਦਾ ਵੀ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਤਾਂ ਇਦਾਂ ਦੀ ਪੜ੍ਹਾਈ ਕਦੇ ਆਵੇ ਨਾ, ਕਿਉਂਕਿ ਸਾਡੇ ਕੋਲੇ ਤਾਂ ਵਕਤ ਬਹੁਤ ਆ ਜੀ, ਅਸੀਂ ਤਾਂ ਆਪਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਨ ਦੇ ਲਈ ਜਿੱਥੇ 5 ਮਿੰਟ ਲੱਗਣੇ 25 ਲਾ ਦਿੰਨੇ ਆ, ਉਹ ਨਹੀਂ ਅਸੀਂ ਤਾਂ ਬਾਹਰ ਛੱਡਣ ਗਏ ਜਿਹੜੇ ਕੋਈ ਦੋਸਤ ਮਿੱਤਰ ਘਰ ਆਏ ਹੁੰਦੇ ਨੇ ਹਨਾ, ਉਹ ਤਾਂ ਪਹਿਲਾਂ ਅੱਧਾ ਪੌਣਾ ਘੰਟਾ ਘਰੇ ਬਹਿ ਕੇ ਗੱਲਾਂ ਮਾਰਦੇ ਆ, ਮੁੜ ਕੇ ਗੇਟ ਤੇ ਛੱਡਣ ਗਏ ਅੱਧਾ ਪੌਣਾ ਘੰਟਾ ਲਾ ਦਿੰਨੇ ਆ, ਸਾਡੇ ਕੋਲ ਬਹੁਤ ਟਾਈਮ ਆ। ਇਸ ਕਰਕੇ ਭਾਈ ਚਲੋ ਬਾਕੀ ਜਿਹੜੇ ਨਾ ਨੌਜਵਾਨ ਮੁੰਡੇ ਕੁੜੀਆਂ ਜੀ ਉਹਨਾਂ ਦੀ ਪਸੰਦ ਹੁੰਦੀ ਹੈ ਇਹ ਦਿਲ ਜਾ ਭੇਜ ਦੇਣਾ ਐਂ ਜੇ ਕਰਕੇ ਤੇ ਐਂ ਜੇ ਗੱਲਾਂ ਤੇ ਮਿੱਠੀ ਜੀ ਹੋਵੇ, ਇਹ ਉਹਨਾਂ ਦੇ ਪਸੰਦ ਦੀਆਂ ਗੱਲਾਂ, ਇਹ ਹੁਣ ਆਪਣੇ ਨਹੀਂ ਹਿੱਸੇ ਦੇ ਵਿੱਚ ਆਉਂਦੀਆਂ ਗੱਲਾਂ, ਇਸ ਕਰਕੇ ਭਾਈ ਨਹੀਂ ਇਮੋਜੀਜ਼ ਤਾਂ ਮੈਂ ਵੀ ਵਰਤਦੀ ਹਾਂ। ਅੱਛਾ ਹਾਂ, ਪਰ ਮੈਨੂੰ ਲੱਗਦਾ ਜ਼ਿਆਦਾ ਨਹੀਂ ਵਰਤਦੀ ਹਨਾ, ਮੈਂ ਵਰਤਦੀ ਹਾਂ ਪਰ ਠੀਕ ਠੀਕ। ਦੇਖੋ ਮਹਾਰਾਜ ਨੇ ਉਂਗਲਾਂ ਦਿੱਤੀਆਂ ਜੀ, ਮਹਾਰਾਜ ਨੇ ਲਿਖਣ ਦਾ ਹੁਨਰ ਬਖਸ਼ਿਆ, ਕੁਝ ਇੱਕ ਗੱਲਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਸ਼ਬਦਾਂ ਰਾਹੀਂ ਬਿਆਨ ਨਹੀਂ ਹੁੰਦੀਆਂ। ਉਹ ਸੱਚ ਇੱਕ ਮੈਨੂੰ ਪਿਛਲੇ ਦਿਨ ਆੜੂ ਜਾਂ ਭੇਜਤਾ ਲਾਲ ਰੰਗ ਦਾ, ਉਹ ਬੰਦਾ ਕਹਿੰਦਾ ਮੈਂ ਗੁੱਸੇ ਆ। ਹਾਂਜੀ ਇਹ ਮੈਨੂੰ ਨਹੀਂ ਸੀ ਪਤਾ, ਬਹੁਤ ਤਕੜਾ ਲਾਲ ਉਹ ਭੂੰਡ ਜਾ ਬਣਿਆ ਪਿਆ ਉਹ ਆੜੂ ਨਹੀਂ ਉਹ ਇਮੋਜੀ ਹੋਗੀ, ਸ਼ਕਲ ਹੋਗੀ ਲਾਲ ਹੋਈ ਹੋਈ। ਮੈਂ ਕਿਹਾ ਇੰਨਾ ਲਾਲ ਕਾਤੋਂ ਹੋ ਗਿਆ ਇਹ? ਅੱਛਾ ਨਹੀਂ ਉਹ ਜਿਹੜਾ ਲਾਲ ਵਾਲਾ ਹੁੰਦਾ ਨਾ ਉਹਦਾ ਮਤਲਬ ਮੈਂ ਗੁੱਸੇ ਬਹੁਤ ਜ਼ਿਆਦਾ ਗੁੱਸੇ ਨਾਲ ਭਰਿਆ ਪਿਆ ਹਨਾ, ਇੱਕ ਬਿਨਾ ਲਾਲ ਤੋਂ ਵੀ ਗੁੱਸੇ ਵਾਲਾ ਮੂੰਹ ਹੁੰਦਾ ਠੀਕ ਠੀਕ ਜਿਹਾ ਗੁੱਸੇ। ਨਹੀਂ ਉਹ ਤਾਂ ਬਾਹਲਾ ਹੀ ਸੀ ਜੀ, ਤੇ ਮੈਂ ਵੀ ਅੱਗੋਂ ਅੱਗੇ ਭੇਜਤਾ, ਓਏ ਮੈਂ ਦੰਦ ਕੱਢਦੇ ਤਾਂ ਭੇਜਤਾ ਮੈਨੂੰ ਕੀ ਸੜੀ ਜਾ। ਕਰਮੀ ਇਮਾਨਦਾਰੀ ਹਾਲੇ ਜ਼ਿੰਦਾ ਹੈ ਜੀ, ਜਦੋਂ ਇਹ ਖਬਰਾਂ ਪੜ੍ਹਦੇ ਆ ਨਾ ਤਾਂ ਮਨ ਦੇ ਵਿੱਚ ਬਹੁਤ ਵੱਡੇ ਵੱਡੇ ਖਿਆਲ ਆਉਂਦੇ ਆ।
ਇਹ ਖਬਰਾਂ ਕਿਉਂ ਛਪਣ ਲੱਗੀਆਂ? ਪਹਿਲੀ ਤਾਂ ਗੱਲ ਇਹ ਹੈ ਕਿਉਂਕਿ ਹੁਣ ਇਮਾਨਦਾਰੀ ਇੰਨੀ ਆਮ ਨਹੀਂ ਰਹਿ ਗਈ ਸਾਡੇ ਵਿੱਚ, ਹੁਣ ਇਹ ਵੀ ਇੱਕ ਬਹੁਤ ਵੱਡੀ ਚੀਜ਼ ਬਣ ਗਈ। ਜੀ ਬਿਲਕੁਲ, ਹੁਣ ਜਦੋਂ ਇਹ ਹੈ ਨਾ ਵੀ ਭਾਈ ਫਲਾਣੇ ਦਾ ਡਿੱਗਿਆ ਹੋਇਆ 500 ਰੁਪਈਆ ਉਹਨੂੰ ਵਾਪਸ ਕੀਤਾ, ਤਾਂ ਫਿਰ ਖਬਰ ਛਪਦੀ ਹੈ ਜੀ ਕਿ ਇਮਾਨਦਾਰੀ ਹਲੇ ਜਿਉਂਦੀ ਹੈ। ਜਗਤਾਰ ਸਿੰਘ ਪੁੱਤਰ ਫੁੰਮਣ ਸਿੰਘ ਨੇ, ਵਾਸੀ ਫਲਾਣੀ ਥਾਂ ਦਾ, ਉਹਨੇ ਇੱਕ ਬੰਦੇ ਨੂੰ ਜਗਤਾਰ ਸਿੰਘ ਨੇ ਵਾਪਸ ਕਰ ਦਿੱਤਾ ਉਹਦਾ ਬਟੂਆ, ਤੇ ਇਮਾਨਦਾਰੀ ਹਲੇ ਜ਼ਿੰਦਾ ਹੈ। ਬਿਲਕੁਲ ਸਹੀ, ਨਾਲ ਫੋਟੋ ਵੀ ਛਪਦੀ ਆ ਜੀ। ਇਉਂ ਲੱਗਦਾ ਵੀ ਭਾਈ ਇਹ ਚੀਜ਼ ਮਿਲਣੀ ਬੰਦ ਹੋ ਗਈ ਆ, ਇਸ ਕਰਕੇ ਇਹ ਖਾਸ ਬਣ ਗਈ ਆ। ਪਹਿਲਾਂ ਇਹ ਆਮ ਹੁੰਦੀ ਸੀ, ਪਰ ਜਦੋਂ ਅਸੀਂ ਸਰਕਾਰੀ ਦਫ਼ਤਰਾਂ ਦੇ ਵੱਲ ਝਾਤ ਮਾਰਦੇ ਹਾਂ ਉਦੋਂ ਇਮਾਨਦਾਰੀ ਹਲੇ ਜ਼ਿੰਦਾ ਹੈ ਵਾਲੀਆਂ ਬਹੁਤ ਨਾ ਮਾਤਰ ਉਦਾਹਰਨਾਂ ਹੁੰਦੀਆਂ। ਬਿਲਕੁਲ ਸਹੀ, ਪਰ ਤੇਲੰਗਾਨਾ ਦੇ ਵੱਲੋਂ ਇੱਕ ਖਬਰ ਆਈ ਆ ਜਿਹਨੇ ਬੜਾ ਕੁਝ ਸੋਚਣ ਵਾਸਤੇ ਮਜਬੂਰ ਕੀਤਾ ਜੀ। ਬਿਜਲੀ ਮਹਿਕਮੇ ਦੇ ਵਿੱਚ ਅਸ਼ੋਕ ਨਾਂ ਦਾ ਇੱਕ ਸਾਹਿਬ ਆ ਜੀ, ਉਹ ਹੈਗਾ ਵਾਹਵਾ ਵੱਡੇ ਰੁਤਬੇ ਤੇ ਬੈਠਾ ਜੀ। ਉਹਨਾਂ ਦਾ ਨਾਮ ਵੈਸੇ ਪੂਰਾ ਹੈ ਪੁਦੇਤੀ ਅਸ਼ੋਕ, ਪੁਦੇਤੀ ਅਸ਼ੋਕ ਸਾਹਿਬ ਨੇ ਜੀ। ਤੇ ਇਹ ਇਸ ਵੇਲੇ ਐਡੀਸ਼ਨਲ ਡਿਵੀਜ਼ਨਲ ਅਫਸਰ ਨੇ ਤੇ ਕਰੀਮ ਨਗਰ ਦੇ ਵਿੱਚ ਅਫਸਰ ਹੈ। ਬਿਲਕੁਲ ਜੀ, ਤੇਲੰਗਾਨਾ ਦੀ ਇਹ ਖਬਰ ਆ ਜੀ। ਇਹ ਬੰਦਾ ਜਦੋਂ ਹੁਣ ਕੁਰਸੀ ਇਹੋ ਜਿਹੀ ਮਹੱਤਵਪੂਰਨ ਤੇ ਬੈਠਾ ਵੀ ਹਰ ਰੋਜ਼ ਕੋਈ ਨਾ ਕੋਈ ਪੈਸਿਆਂ ਦੀ ਪੇਸ਼ਕਸ਼ ਕਰਨ ਆ ਜਾਂਦਾ, ਉਹ ਕਹਿੰਦਾ ਨਾ ਵੀ ਮੈਂ ਨਹੀਂ ਲੈਣੀ ਜੀ, ਮੈਂ ਇਮਾਨਦਾਰ ਬੰਦਾ, ਮੇਰਾ ਬਾਪ ਇਮਾਨਦਾਰ ਸੀ, ਮੈਨੂੰ ਤਨਖਾਹ ਚੰਗੀ ਮਿਲਦੀ ਆ, ਮੈਂ ਦੁੱਕੀ ਨਹੀਂ ਲੈਣੀ, ਨਾ ਮੈਂ 2 ਲੱਖ ਲੈਣਾ, ਨਾ ਮੈਂ 5 ਲੱਖ ਲੈਣਾ, ਨਾ ਮੈਂ 50,000 ਲੈਣਾ ਜੀ। ਪਰ ਜਿਹੜੇ ਕੋਈ ਬਿੱਲਾਂ ਦੇ ਵਿੱਚ ਕੋਈ ਹੇਰਾ ਫੇਰੀ ਕਰਾਉਣ ਵਾਲੇ ਹੁੰਦੇ ਆ, ਵੱਡੀਆਂ ਵੱਡੀਆਂ ਕੰਪਨੀਆਂ, ਵੱਡੇ ਵੱਡੇ ਅਦਾਰਿਆਂ ਵਾਲੇ, ਜਿਨ੍ਹਾਂ ਨੇ ਕੋਈ ਨਾ ਕੋਈ ਗਲਤ ਕੰਮ ਕਰਨਾ ਜਾਂ ਕਰਾਉਣਾ ਹੁੰਦਾ, ਉਹ ਪੇਸ਼ਕਸ਼ ਕਰਨ ਆਉਂਦੇ ਆ, ਕਦੇ ਲਿਫਾਫੇ 'ਚ ਕੁਛ ਪਾ ਕੇ ਲਿਆਉਂਦੇ ਆ, ਕਦੇ ਕਹਿ ਦਿੰਦੇ ਜੀ ਆਪਾਂ ਬਾਹਰ ਮਿਲਣਾ ਤੁਹਾਡਾ ਲੱਸੀ ਪਾਣੀ ਕਰ ਦਿਆਂਗੇ, ਕਦੇ ਕਹਿ ਦਿੰਦੇ ਜੀ ਆਪਾਂ ਖਾਣੇ ਤੇ ਮਿਲਦੇ ਆ, ਕਦੇ ਘਰੇ ਆ ਜਾਂਦੇ ਆ ਵੀ ਭਾਈ ਏਦਾਂ ਨਹੀਂ ਐਂ ਕਰ ਲਓ, ਬੱਚਿਆਂ ਲਈ ਆ ਤਾਂ ਮਠਿਆਈ ਆ। ਪਰ ਉਸ ਬੰਦੇ ਨੇ 40 ਦਿਨ ਪਹਿਲਾਂ ਆਪਣੇ ਦਫ਼ਤਰ ਦੇ ਵਿੱਚ ਇੱਕ ਵੱਡਾ ਸਾਰਾ ਪੋਸਟਰ ਲਿਖ ਕੇ ਲਾ ਲਿਆ ਜੀ, ਮੈਂ ਇਮਾਨਦਾਰ ਹਾਂ, ਵਾਹ, ਕਿਰਪਾ ਕਰਕੇ ਮੈਨੂੰ ਪੈਸੇ ਦੇਣ ਦੀ ਕੋਸ਼ਿਸ਼ ਨਾ ਕਰੋ, ਵਾਹ। ਤੇ ਉਹਦੀਆਂ ਇਹ ਖਬਰਾਂ ਬਣੀਆਂ ਵੀ ਇੱਕ ਅਧਿਕਾਰੀ ਨੇ ਆਹ ਵੀ ਤਰੀਕਾ ਅਪਣਾਇਆ ਲੋਕਾਂ ਨੂੰ ਰੋਕਣ ਦੇ ਲਈ ਕਿ ਮੈਨੂੰ ਪੈਸੇ ਨਹੀਂ ਚਾਹੀਦੇ। ਦੇਖੋ ਮੈਨੂੰ ਪੈਸੇ ਚਾਹੀਦੇ ਜੀ, ਇਹੋ ਜਿਹੀਆਂ ਕੋਸ਼ਿਸ਼ਾਂ ਤਾਂ ਕਈ ਕਰਦੇ ਆ, ਪਰ ਮੈਨੂੰ ਨਹੀਂ ਚਾਹੀਦੇ ਇਹੋ ਜਿਹੀ ਕੋਈ ਕੋਈ ਕਰਦਾ। ਪੈਸਾ ਐਸੀ ਚੀਜ਼ ਆ ਜਿਹੜੇ ਜਿਹੜੀ ਹੈ ਨਾ ਵੀ ਭਰਾਵਾਂ ਭਰਾਵਾਂ ਦੇ ਵਿੱਚ, ਮਾਂ ਪੁੱਤ ਦੇ ਵਿੱਚ ਬਹੁਤ ਵੱਡੀ ਇੱਕ ਦੀਵਾਰ ਖੜੀ ਕਰ ਦਿੰਦਾ। ਇਹ ਪੈਸੇ ਨੂੰ ਵੇਖ ਕੇ ਕਈਆਂ ਦਾ ਇਮਾਨ ਡੋਲਦਾ ਤੇ ਕਈ ਜਿਹੜੇ ਨੇ ਆਪਣਾ ਇਮਾਨ ਸਾਂਭ ਵੀ ਜਾਂਦੇ ਨੇ, ਹਨਾ। ਸੋ ਜੇ ਇਹੋ ਜਿਹੇ ਲੋਕ ਹਾਲੇ ਜਿਉਂਦਾ ਨੇ ਤਾਂ ਵਾਕਈ ਇਮਾਨਦਾਰੀ ਜਿਉਂਦੀ। ਇੱਕ ਹੋਰ ਗੱਲ ਆ, ਜਿਹੜੇ ਵਿਭਾਗ ਦੇ ਵਿੱਚ ਜਨਾਬ ਕੰਮ ਕਰਦੇ ਨੇ ਉਸ ਵਿਭਾਗ ਦੇ ਕਈ ਮੁਲਾਜ਼ਮ ਤੇ ਕਈ ਅਧਿਕਾਰੀ ਬਹੁਤ ਖਫਾ ਜੀ। ਉਹ ਕਹਿੰਦੇ ਵੀ ਤੁਸੀਂ ਤਾਂ ਸਾਡਾ ਵੀ ਹੱਕ ਮਾਰੀ ਜਾਂਦੇ, ਉਹ ਹੱਕ ਸਮਝਦੇ ਪੈਸੇ ਲੈਣ ਨੂੰ। ਉਹ ਕਹਿੰਦੇ ਵੀ ਤੁਹਾਡੇ ਵੱਲੋਂ ਇਹ ਕੁਝ ਲਿਖ ਕੇ ਇੱਥੇ ਲਾਉਣ ਦੇ ਨਾਲ ਸਾਡੀ ਇਮੇਜ, ਸਾਡਾ ਅਕਸ ਬਹੁਤ ਵਿਗੜ ਗਿਆ। ਤੇ ਅੱਗੇ ਕਿਹੜਾ ਬਹੁਤ ਚੰਗਾ ਸੀ, ਲੋਕਾਂ ਨੂੰ ਪਤਾ ਹੀ ਹੁੰਦਾ ਵੀ ਕੌਣ ਪੈਸੇ ਲੈਂਦਾ ਕੌਣ ਨਹੀਂ। ਤੇ ਉਹ ਕਹਿੰਦੇ ਵੀ ਇਉਂ ਲੱਗਦਾ ਵੀ ਕੱਲਾ ਤੂੰ ਹੀ ਇਮਾਨਦਾਰ ਆ, ਬਾਕੀ ਤਾਂ ਸਾਰੇ ਹੇਰਾ ਫੇਰੀ ਵਾਲੇ ਆ। ਤੇ ਜੇਕਰ ਮੈਂ ਉੱਥੇ ਹੁੰਦਾ ਮੈਂ ਕਹਿਣਾ ਸੀ ਵੀ ਚਲੋ ਕੋਈ ਗੱਲ ਨੀ, 20-50 ਰੁਪਈਆਂ ਦੀ ਗੱਲ ਆ, ਇੱਕ ਇਹੋ ਜਿਹਾ ਪੋਸਟਰ ਬਣਾ ਕੇ ਆਪਾਂ ਤੁਹਾਡੇ ਪਿੱਛੇ ਵੀ ਲਾ ਦਿੰਦੇ ਹਾਂ। ਨਾ ਨਾ ਨਾ, ਆਪਾਂ ਦਫ਼ਤਰ ਦੇ ਬਾਹਰ ਲਾਨੇ ਕਿ ਅਸੀਂ ਸਾਰੇ ਹੀ ਇਮਾਨਦਾਰ ਹਾਂ। ਇਸ ਦਫ਼ਤਰ ਦੇ ਵਿੱਚ ਦੁੱਕੀ ਵੀ ਨਹੀਂ ਲਈ ਜਾਂਦੀ ਜੀ, ਇੱਥੇ ਸਿਰਫ ਕੰਮ ਦੀ ਗੱਲ ਕੀਤੀ ਜਾਂਦੀ ਹੈ। ਬਿਲਕੁਲ ਸਹੀ, ਯਕੜ ਵੀ ਨਹੀਂ ਮਾਰੇ ਜਾਂਦੇ ਤੇ ਪੈਸੇ ਵੀ ਨਹੀਂ ਲਏ ਜਾਂਦੇ ਤੇ ਕੰਮ ਦੇ ਸਮੇਂ ਤੇ ਵਾਧੂ ਚ ਚਾਹਾਂ ਵੀ ਨਹੀਂ ਪੀਤੀਆਂ ਜਾਂਦੀਆਂ ਤੇ ਜਿਹੜੇ ਲੋਕ ਨੇ ਉਹਨਾਂ ਨੂੰ ਫਜ਼ੂਲ ਚ ਇੰਤਜ਼ਾਰ ਵੀ ਨਹੀਂ ਕਰਵਾਇਆ ਜਾਂਦਾ ਤੇ ਅਸੀਂ ਵੇਲੇ ਸਿਰ ਕੰਮ ਕਰਦੇ ਹਾਂ, ਦੁੱਕੀ ਅਸੀਂ ਲੈਂਦੇ ਨਹੀਂ। ਜਿੰਨੇ ਪੈਸੇ ਸਰਕਾਰ ਸਾਨੂੰ ਤਨਖਾਹ ਦੇ ਤੌਰ ਤੇ ਦਿੰਦੀ ਹੈ ਉਹਦੇ ਅਸੀਂ ਰਾਜੀ ਬਾਜ਼ੀ ਹਾਂ। ਤੇ ਪੰਜਾਬ ਦੇ ਵਿੱਚ ਵੀ ਕੁਝ ਕੁ ਅਧਿਕਾਰੀ ਇਹੋ ਜਿਹੇ ਹੈਗੇ ਆ ਜਿਹੜੇ ਉਦਾਹਰਨਾਂ ਪੇਸ਼ ਕਰਦੇ ਆ ਜੀ। ਪਿਛਲੇ ਦਿਨੀ ਨਾ ਗੁਰਨਾਮ ਸਿੰਘ ਨੇ ਆਰਟੀਓ ਫਰੀਦਕੋਟ ਤੋਂ ਜੀ, ਬਹੁਤ ਚੰਗੇ ਨੇਕ ਨੀਤੀ ਵਾਲੇ ਬੰਦੇ ਆ, ਉਹ ਜਿੰਨੀ ਦੇਰ ਦਫ਼ਤਰ ਦੇ ਵਿੱਚ ਹੁੰਦੇ ਆ ਬਸ ਸਿਰ ਸੁੱਟ ਕੇ ਕੰਮ ਹੀ ਕਰਦੇ ਆ। ਵਾਹ, ਉਹਨਾਂ ਨੂੰ ਮੈਂ ਦੇਖ ਕੇ ਨਾ ਕਈ ਵਾਰ ਸੋਚਦਾ ਹੁੰਦਾ ਵੀ ਇਮਾਨਦਾਰ ਅਫਸਰ ਪੰਜਾਬ ਦੇ ਵਿੱਚ ਵੀ ਕਈ ਹੈਗੇ ਆ ਜੀ, ਹੈਗੇ, ਪਰ ਬਸ ਉਹਨਾਂ ਦੇ ਉਜਾਗਰ ਹੋਣ ਦੀ ਇੱਛਾ ਨਹੀਂ ਹੁੰਦੀ ਉਹਨਾਂ ਦੀ ਜੀ, ਉਹ ਨਹੀਂ ਚਾਹੁੰਦੇ ਵੀ ਸਾਡੀ ਕਿਤੇ ਖਬਰ ਲੱਗੇ ਜੀ। ਪਰ ਜਿਹੜੇ ਲੋਕਾਂ ਦੀਆਂ ਖਬਰਾਂ ਲੱਗਦੀਆਂ ਕਿ ਰੰਗੇ ਹੱਥੀ ਫੜਿਆ ਇੰਨੇ ਪੈਸੇ ਲੈਂਦੇ ਆ ਜੀ, ਰਜਿਸਟਰੀ ਕਰਵਾਉਣੀ ਸੀ ਉਹਨੇ ਇੰਨੇ ਮੰਗੇ, ਤਹਿਸੀਲਦਾਰ ਨੇ ਫਲਾਣੀ ਨੇ ਇੱਦਾਂ ਮੰਗੇ, ਉਹਨਾਂ ਦੇ ਉੱਤੇ ਦੁੱਖ ਹੁੰਦਾ। ਦੇਖੋ ਮੰਗਣੇ ਨਹੀਂ ਚਾਹੀਦੇ ਆਪਾਂ ਨੂੰ, ਜਿੰਨੀ ਸਾਡੀ ਯੋਗਤਾ ਹੈ ਜਿਹੜਾ ਸਾਡਾ ਅਹੁਦਾ ਹੈ ਉਹਦੇ ਹਿਸਾਬ ਨਾਲ ਪੈਸੇ ਮਿਲਦੇ ਨੇ, ਹਨਾ। ਤੇ ਇਹ ਇਦਾਂ ਦੇ ਜਿਹੜੇ ਲੋਕ ਨੇ ਜਿਹੜੇ ਇਦਾਂ ਦੇ ਕੰਮ ਕਰਦੇ ਨੇ ਉਹਨਾਂ ਕਰਕੇ ਜਿਹੜੇ ਭਲੇ ਮਾਨਸ ਨੇ ਜਿਹੜੇ ਵਾਕਈ ਇਮਾਨਦਾਰ ਨੇ ਉਹ ਵੀ ਹਨਾ ਬਦਨਾਮ ਹੁੰਦੇ ਨੇ। ਆਪਾਂ ਬਹੁਤ ਸਾਰੇ ਜਿਹੜੇ ਮਹਿਕਮੇ ਨੇ ਉਹਨਾਂ ਦੇ ਉੱਪਰ ਠੱਪਾ ਹੀ ਲਾ ਚੁੱਕੇ ਹਾਂ ਵੀ ਇਸ ਮਹਿਕਮੇ 'ਚ ਜਿਹੜਾ ਕੰਮ ਕਰਦਾ ਉਹ ਭਾਈ ਇਮਾਨਦਾਰ ਹੋ ਹੀ ਨਹੀਂ ਸਕਦਾ, ਜਦਕਿ ਹਰੇਕ ਮਹਿਕਮੇ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਲੋਕ ਪਾਏ ਜਾਂਦੇ ਨੇ। ਤੁਸੀਂ ਇਹ ਗੱਲ ਪੁਲਿਸ ਦੇ ਨਾਲ ਜੋੜ ਕੇ ਬਿਲਕੁਲ ਨਹੀਂ ਪੇਸ਼ ਕਰ ਰਹੇ? ਨਾ, ਮੈਂ ਤਾਂ ਕਿਸੇ ਨਾ ਹੀ ਨਹੀਂ ਲਿਆ। ਬਿਲਕੁਲ ਠੀਕ, ਹਾਂ, ਸਾਰੇ ਪਾਸੇ ਇਮਾਨਦਾਰ ਲੋਕ ਵੀ ਹੁੰਦੇ ਨੇ ਤੇ ਦੂਜੇ ਵੀ ਹੁੰਦੇ ਨੇ। ਸੋ ਬਾਕੀ ਫਿਲਹਾਲ ਦੇ ਲਈ ਪ੍ਰੋਗਰਾਮ ਨੂੰ ਸਮੇਟਦੇ ਹਾਂ, ਸਾਡੇ ਜਾਣ ਦਾ ਹੋ ਗਿਆ ਵੇਲਾ। ਸਾਨੂੰ ਦੋਵਾਂ ਦੇ ਇਜਾਜ਼ਤ, ਪ੍ਰਤੀਕਿਰਿਆ ਜ਼ਰੂਰ ਸਾਡੇ ਤਾਈਂ ਪਹੁੰਚਾਇਓ। ਸਤਿ ਸ਼੍ਰੀ ਅਕਾਲ, ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਜੱਜ ਦਾ ਵਿਚਾਰ।